ਤੇਰੇ ਚਰਨਾਂ ਦੇ ਵਿੱਚ ਅਰਜੋਈ ਹੈ, ਮਿਲੇ ਤੇਰੇ ਬਾਜੋ ਕਿਤੇ ਵੀ ਨਾ ਟੋਈ ਹੈ। ਤੇਰੇ ਚਰਨਾਂ ਦੇ ਵਿੱਚ ਅਰਜੋਈ ਹੈ, ਮਿਲੇ ਤੇਰੇ ਬਾਜੋ ਕਿਤੇ ਵੀ ਨਾ ਟੋਈ ਹੈ। ਤੇਰੇ ਚਰਨਾਂ ਦੇ ਵਿੱਚ ਅਰਜੋਈ ਹੈ, ਮਿਲੇ ਤੇਰੇ ਬਾਜੋ ਕਿਤੇ ਵੀ ਨਾ ਟੋਈ ਹੈ। ਤੇਰੀ ਯਾਦ ਵਿੱਚ ਲੰਘਣ ਜੋ ਪਾਤਸ਼ਾਹ, ਤੇਰੀ ਯਾਦ ਵਿੱਚ ਲੰਘਣ ਜੋ ਪਾਤਸ਼ਾਹ, ਪਲ ਉਹੀ ਸਾਨੂੰ ਚੰਗੇ ਬੜੇ ਲੱਗਦੇ, ਦਾਤਾ ਸਾਨੂੰ ਵੀ ਨਿਮਾਣਿਆਂ ਨੂੰ ਤਾਰਦੇ, ਪਾਪੀ ਤਾਰ ਦਿੱਤੇ ਜਿਵੇਂ ਸਾਰੇ ਜੱਗ ਦੇ, ਦਾਤਾ ਸਾਨੂੰ ਵੀ ਨਿਮਾਣਿਆਂ ਨੂੰ ਤਾਰਦੇ, ਪਾਪੀ ਤਾਰ ਦਿੱਤੇ ਜਿਵੇਂ ਸਾਰੇ ਜੱਗ ਦੇ। ਦਾਤਾ ਸਾਨੂੰ ਵੀ ਨਿਮਾਣਿਆਂ ਨੂੰ ਤਾਰਦੇ, ਪਾਪੀ ਤਾਰ ਦਿੱਤੇ ਜਿਵੇਂ ਸਾਰੇ ਜੱਗ ਦੇ, ਦਾਤਾ ਸਾਨੂੰ ਵੀ ਨਿਮਾਣਿਆਂ ਨੂੰ ਤਾਰਦੇ, ਪਾਪੀ ਤਾਰ ਦਿੱਤੇ ਜਿਵੇਂ ਸਾਰੇ ਜੱਗ ਦੇ। ਰੱਖਦਾ ਨਿਮਾਣਿਆਂ ਦਾ ਮਾਣੇ, ਨਾਲੇ ਦੇਵਤਾਂ ਨੇ ਤਾਣਿਆਂ ਨੂੰ ਤਾਣੇ, ਤੁਸੀਂ ਰੱਖਦਾ ਨਿਮਾਣਿਆਂ ਦਾ ਮਾਣੇ, ਨਾਲੇ ਦੇਵਤਾਂ ਨੇ ਤਾਣਿਆਂ ਨੂੰ ਤਾਣੇ, ਤੁਸੀਂ ਰੱਖਦਾ ਨਿਮਾਣਿਆਂ ਦਾ ਮਾਣੇ, ਨਾਲੇ ਦੇਵਤਾਂ ਨੇ ਤਾਣਿਆਂ ਨੂੰ ਤਾਣੇ, ਤੁਸੀਂ ਰੱਖਦਾ ਨਿਮਾਣਿਆਂ ਦਾ ਮਾਣੇ, ਨਾਲੇ ਦੇਵਤਾਂ ਨੇ ਤਾਣਿਆਂ ਨੂੰ ਤਾਣੇ। ਜਿਵੇਂ ਰਾਜੇ ਨੂੰ ਭਿਖਾਰੀ ਤੂੰ ਬਣਾ ਦੇਵੇ, ਜਿਵੇਂ ਰਾਜੇ ਨੂੰ ਭਿਖਾਰੀ ਤੂੰ ਬਣਾ ਦੇਵੇ, ਕਈ ਭਿਖਾਰੀਆਂ ਦੇ ਸਿਰ ਤਾਜ ਫੱਬਦੇ, ਦਾਤਾ ਸਾਨੂੰ ਵੀ ਨਿਮਾਣਿਆਂ ਤਾਰਦੇ, ਪਾਪੀ ਤਾਰ ਦਿੱਤੇ ਜਿਵੇਂ ਸਾਰੇ ਜੱਗ ਦੇ, ਦਾਤਾ ਸਾਨੂੰ ਵੀ ਨਿਮਾਣਿਆਂ ਨੂੰ ਤਾਰਦੇ, ਪਾਪੀ ਤਾਰ ਦਿੱਤੇ ਜਿਵੇਂ ਸਾਰੇ ਜੱਗ ਦੇ।
ਕਥਨ ਤੋਂ ਪਾਰ ਹੈ ਦਾਤਾ ਤੂੰ ਮੇਰੀਆਂ ਸਭੇ ਜ਼ਰੂਰਤਾਂ ਪੂਰੀਆਂ ਨੂੰ ਲੋਕੀ ਤੱਕ ਗਏ ਐ ਬੁਗਨਾ ਮੇਰੇ ਤੇ ਮੈਂ ਤੱਕਦਾ ਰਹਿਮਤਾਂ ਤੇਰੀਆਂ ਦਾਤਾ ਸਾਨੂੰ ਵੀ ਨਿਮਾਣਿਆਂ ਨੂੰ ਤਾਰ ਦੇ ਪਾਪੀ ਤਾਰ ਦਿੱਤੇ ਜਿਵੇਂ ਸਾਰੇ ਜੱਗ ਤੇ ਦਾਤਾ ਸਾਨੂੰ ਵੀ ਨਿਮਾਣਿਆਂ ਨੂੰ ਤਾਰ ਦੇ ਪਾਪੀ ਤਾਰ ਦਿੱਤੇ ਜਿਵੇਂ ਸਾਰੇ ਜੱਗ ਤੇ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹਨਾਂ ਜਾਣੇ ਮੇਰਾ। ਸਤਿਗੁਰਾਂ ਦੀ ਪਾਵਨ ਪਵਿੱਤਰ ਬਾਰਗਾਹ ਦੇ ਅੰਦਰ ਜੁੜ ਬੈਠੇ ਸੱਜ ਬੈਠੇ ਖਾਲਸਾ ਜੀ, ਸਤਿਗੁਰਾਂ ਨੇ ਆਨੰਦਮਈ ਸਮਾਂ ਝੋਲੀ ਵਿੱਚ ਪਾਇਆ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤਕ ਫੱਕੜੇ ਸਭ ਮੁੱਕਦੀ ਚੱਲੀ ਰਹਿਣ, ਰਹਿਣ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਮਹਾਨ ਹਸਤੀ ਜਦੋਂ ਸੰਸਾਰ ਤੇ ਆਉਂਦੀ ਹੈ
ਉਹ ਆਪਣੇ ਮਾਂ ਬਾਪ ਦੇ ਸੁੱਖ ਵਾਸਤੇ ਨਹੀਂ, ਸੰਸਾਰ ਦੇ ਸੁੱਖ ਵਾਸਤੇ ਆਉਂਦੇ। ਤੇ ਜਿਹੜੇ ਸੰਸਾਰ ਤੇ ਕੁਝ ਕਰਨ ਵਾਸਤੇ ਆਉਂਦੇ ਨੇ, ਸੰਸਾਰ ਨਾਲੋਂ ਸੋਹਣੇ ਹੁੰਦੇ ਨੇ, ਤੇ ਸੰਸਾਰ ਨਾਲੋਂ ਉਹਨਾਂ ਦੀ ਦਿੱਖ ਨਿਰਾਲੀ ਹੁੰਦੀ। ਉਹਦੇ ਸ਼ਬਦਾਂ ਦੇ ਉੱਤੇ ਇਹੋ ਜਿਹੇ ਬਾਣ ਹੁੰਦੇ ਨੇ ਕਿ ਟੁੰਬ ਕੇ ਸੁੱਤਿਆਂ ਨੂੰ ਜਗਾ ਲੈਂਦੇ। ਉਹਨਾਂ ਦੀ ਰਸਨਾ ਉੱਤੇ ਆਪ ਅਕਾਲ ਪੁਰਖ ਆਪ ਵਰਤਦਾ ਹੈ, ਤੇ ਜਿਨ੍ਹਾਂ ਦੀ ਰਸਨਾ ਤੇ ਉਹ ਆਪ ਵਰਤੇ, ਯਾਦ ਰੱਖੋ ਉਹ ਗੁੰਗਿਆਂ ਦੇ ਕੋਲੋਂ ਵੀ ਅਰਥ ਕਰਾਉਣ ਦਾ ਬਲ ਰੱਖਦੇ। ਬਾਬਾ ਰਾਮ ਸਿੰਘ ਜੀ, ਜਿਨ੍ਹਾਂ ਦੀ ਬਾਬਤ ਮੇਰੇ ਸ਼ਬਦ ਬੜੇ ਪਾਉਣੇ ਪੈ ਜਾਣੇ, ਜੇ ਸੋਚੀਏ ਨਾ ਕਿ ਆਹ ਜਿਹੜਾ ਏਡਾ ਤਕੜਾ ਸੀ ਮੋਰਚਾ ਜਿੱਤ ਲਿਆ, ਬੜੇ ਨਾਰੇ ਲਾਏ ਅਸੀਂ ਦਿੱਲੀ ਨੂੰ ਜਿੱਤ ਕੇ ਆ ਗਏ, ਉਹ ਭੋਲਿਓ, ਜੇ ਬਾਬਾ ਰਾਮ ਸਿੰਘ ਦਾ ਖੂਨ ਨਾ ਨਾ ਡੁੱਲਦਾ, ਅਜੇ ਵੀ ਉੱਥੇ ਝੋਂਕੜੇ ਮਾਰ ਕੇ ਬੈਠੇ ਹੋਣੇ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਸ਼ਹਾਦਤ ਦਾ ਜਾਮ ਪੀਂਦੇ ਨੇ, ਤੇ ਇਨਕਲਾਬੀ ਲਹਿਰ ਬਣ ਕੇ ਉੱਠਿਆ ਫਿਰ ਗੁਰੂ ਕਲਗੀਧਰ ਪਾਤਸ਼ਾਹ। ਤੇ ਬਾਬਾ ਰਾਮ ਸਿੰਘ ਇਹ ਸ਼ਹਾਦਤ ਦਾ ਜਾਮ ਪੀ ਗਏ ਨਾ, ਜਦੋਂ ਕਿਸੇ ਮਰਦ ਦਾ, ਕਿਸੇ ਸੂਰਮੇ ਦਾ, ਕਿਸੇ ਸੰਤ ਦਾ ਇਸ ਧਰਤੀ ਤੇ ਖੂਨ ਡੁੱਲਦਾ, ਹਜ਼ਾਰਾਂ ਸੂਰਮੇ ਉਹਦੇ ਵਿੱਚੋਂ ਪ੍ਰਗਟ ਹੁੰਦੇ। ਤੇ ਯਾਦ ਰੱਖੋ ਉਹ ਸੂਰਮਾ, ਉਹ ਦਾਨੀ, ਖਾਲਸਾਰੀ ਇਕੱਲਾ ਦਾਨੀ ਮਾਇਆ ਵਾਲਾ ਨਹੀਂ ਹੁੰਦਾ ਵੀ ਮਾਇਆ ਦਾ ਦਾਨ ਦਿੱਤਾ ਤੇ ਉਹ ਵੱਡਾ ਕਰਕੇ ਲਿਖਾ ਲਵੇ ਵੀ ਮੈਂ ਬੜਾ ਦਾਨ ਦਿੱਤਾ। ਇੱਥੇ ਦਾਨੀ ਕਿਹੜਾ ਪ੍ਰਵਾਨ ਹੁੰਦਾ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ? ਜੋ ਤੋਂ ਪ੍ਰੇਮ ਖਿੜਕਾ ਚਾਓ ਸਿਰ ਧਰ ਗਲੀ ਬਰੀ, ਇਤ ਮਾਰਗ ਪੈ ਤ੍ਰਿਜੈ ਸਿਰ ਦੀਜੈ ਕਾਨ ਕੀਤਾ। ਇੱਥੇ ਪ੍ਰਵਾਨ ਕੀਤਾ ਸਿਰ ਦੇਣ ਵਾਲੇ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡਿਆ। ਮਾਰੇ ਕਹਿੰਦੇ ਗੱਲ ਸੁਣ ਲਾ ਓਏ ਕੰਨ ਖੋਲ ਕੇ, ਜੇ ਤੇ ਬਣਨਾ ਮੇਰੇ ਘਰ ਦਾ ਵਾਰਸ ਤੇ ਫਿਰ ਤੈਨੂੰ ਆ ਜਿਹੜਾ ਸਿਰ ਆ ਨਾ ਇਹ ਭੇਟ ਕਰਨਾ ਪੈਣਾ ਤੇ ਮਰਨਾ ਕਬੂਲਣਾ ਪੈਣਾ। ਹੁਣ 80 ਸਾਲਾਂ ਦਾ ਬੁੱਢਾ ਮੰਜੇ ਤੇ ਪਿਆ ਹੋਵੇ ਤੇ ਮਰਨਾ ਤੇ ਉਹ ਨਹੀਂ ਚਾਹੁੰਦਾ। ਇਹ ਸੰਤ ਆਪਣਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਹੈ, ਹੁਕਮ ਮੰਨਿਆ ਫਿਰ ਆਪਣੇ ਖਸਮ ਦਾ। ਖਸਮ ਕਿਹੜਾ? ਖਾਲਸਾ ਜੀ, ਸਾਡੇ ਦਾੜੀ ਆ ਸਿਰ ਤੇ ਪੱਗ ਆ ਤਾਂ ਕੋਈ ਮਰਦ ਲਿਖਾ ਆਪਣੇ ਆਪ ਨੂੰ ਆਖੇਗਾ ਵੀ ਮੈਂ ਮਰਦ ਆ? ਇੱਥੇ ਮਰਦਾਂ ਦੀ ਗਿਣਤੀ ਵਿੱਚ ਉਹ ਆਉਂਦੇ ਨੇ ਜਿਹੜਾ ਆਪਣਾ ਸਿਰ ਭੇਟ ਕਰ ਦਿੰਦੇ ਨੇ, ਉਹ ਮਰਦਾਂ ਦੀ ਗਿਣਤੀ 'ਚ ਆਉਂਦੇ ਨੇ। ਤੇ ਬਾਬਾ ਰਾਮ ਸਿੰਘ ਜੀ ਉਹ ਮਰਦਾਂ ਦੀ ਗਿਣਤੀ ਵਿੱਚ ਆ ਗਏ ਜਿਹਨਾਂ ਮਰਦਾਂ ਨੇ ਇਸ ਭਾਰਤ ਵਸ਼ ਨੂੰ ਗੁਲਾਮੀ ਦੇ ਜ਼ੰਜੀਰਾਂ ਦੇ ਵਿੱਚੋਂ ਜਕੜੇ ਨੂੰ ਆਜ਼ਾਦ ਕਰਾਇਆ ਸੀ। ਤੇ ਬਾਬਾ ਰਾਮ ਸਿੰਘ ਜੀ ਦੇ ਸ਼ਬਦ, ਉਹਨਾਂ ਦੀਆਂ ਤਕਰੀਰਾਂ, ਉਹਨਾਂ ਦੀਆਂ ਵਿਚਾਰਾਂ, ਆ ਜਿੰਨੀਆਂ ਇੱਥੇ ਰੂਹਾਂ ਬੈਠੀਆਂ ਨੇ ਸਾਰਿਆਂ ਦੇ ਚਰਨਾਂ ਤੇ ਸਿਰ ਝੁਕਦਾ, ਇਕੱਲੇ ਇਕੱਲੇ ਦੀ ਰਸਨਾ ਤੇ ਬਾਬਾ ਰਾਮ ਸਿੰਘ ਨੇ ਵਰਤਣਾ, ਵਰਤਦੇ ਨੇ ਤੇ ਵਰਤਣਾ ਹੈ। ਮੇਰੇ ਵਰਗੇ ਕਈ ਢਾਡੀ ਆਉਣੇ ਨੇ, ਚਲੇ ਜਾਣੇ, ਪਰ ਜਿਹੜੀਆਂ ਰਹਿਮਤਾਂ ਨੇ ਖਾਲਸਾ ਜੀ ਉਹ ਇਹਨਾਂ ਸਾਧੂਆਂ ਨੇ ਪਾ ਲਈਆਂ ਨੇ। ਸਾਰੀ ਜ਼ਿੰਦਗੀ ਮਾਪੇ ਕਮਾਈ ਕਰਦੇ ਨੇ ਕਿਹਨਾਂ ਵਾਸਤੇ? ਆਪਣੇ ਬੱਚਿਆਂ ਵਾਸਤੇ। ਇਹ ਸਾਧੂ ਆਪਣੇ ਵਾਸਤੇ ਨਹੀਂ ਕਮਾਉਂਦੇ, ਇਹਨਾਂ ਸਾਧੂਆਂ ਨੇ ਸਾਰਾ ਕੁਝ ਤਿਆਗਿਆ ਹੋਇਆ, ਇਹ ਆਪਣੇ ਵਾਸਤੇ ਨਹੀਂ ਜੀਂਦੇ, ਇਹ ਤੁਹਾਡੇ ਵਾਸਤੇ ਜੀਂਦੇ ਨੇ। ਆ ਸੋਹਣੇ ਬਾਲ ਤੁਹਾਡੀ ਗੋਦ ਵਿੱਚ ਖੇਡ ਰਹੇ ਨਾ, ਇਹਨਾਂ ਦੀ ਸੁੱਖ ਕੌਣ ਮੰਗਦਾ? ਤੁਸੀਂ ਮੰਗਦੇ ਹੋ, ਨਹੀਂ ਮੰਗਦੇ। ਏਡਾ ਵੱਡਾ ਰਾਜ ਭਾਗ ਮਿਲਿਆ, ਜਾਇਦਾਦ ਮਿਲੀ ਆ, ਜ਼ਮੀਨਾਂ ਮਿਲੀਆਂ, ਨੌਕਰ ਚਾਕਰ ਮਿਲੇ ਨੇ, ਇਹ ਤੁਹਾਡੀ ਕਮਾਈ ਨਹੀਂ ਹੈ? ਤੁਸੀਂ ਤੇ 10 ਰੁਪਏ ਚੜਾ ਕੇ ਕਹਿੰਦੇ ਸੱਚੇ ਪਾਤਸ਼ਾਹ ਇੰਗਲੈਂਡ ਦਾ ਵੀਜ਼ਾ ਲੱਗ ਜਾਵੇ, ਕੈਨੇਡਾ ਦਾ ਵੀਜ਼ਾ ਲੱਗ ਜਾਵੇ, ਪਰ ਧਨ ਨੇ ਸਾਰਾ ਜੀਵਨ ਭੇਟ ਕਰਕੇ ਕਹਿੰਦੇ ਮਹਾਰਾਜ
ਇੱਕ ਜਨਮ ਸੱਚੇ ਪਾਤਸ਼ਾਹ ਅਸੀਂ ਭਾਗਾਂ ਵਾਲੇ ਹਾਂ, ਤੇਰੇ ਦਰਬਾਰ ਦੇ ਕੂਕਰ ਬਣ ਕੇ ਕੂਕ ਰਹੇ ਹਾਂ, ਸੁੱਤਿਆਂ ਨੂੰ ਜਗਾ ਰਹੇ ਹਾਂ। ਇਹ ਸੱਚੇ ਪਾਤਸ਼ਾਹ ਕਦੇ ਚਰਨਾਂ ਤੋਂ ਦੂਰ ਨਾ ਕਰੀ। ਤੇ ਭੋਲਿਓ ਇਹ ਨਾ ਸੋਚ ਲਿਓ ਕਦੇ ਬਾਬਾ ਰਾਮ ਸਿੰਘ ਚਲਾ ਗਿਆ, ਬਾਬਾ ਰਾਮ ਸਿੰਘ ਇਕੱਲੇ ਇਕੱਲੇ ਵਿੱਚ ਵਰਤਦਾ ਪਿਆ ਤੇ ਅੱਜ ਵੀ ਹਾਜ਼ਰ ਬੈਠਾ ਹੈ। ਇੱਥੇ ਜਿੰਨੇ ਵੀ ਬੱਚੇ ਨੇ, ਜਿੰਨੇ ਵੀ ਸੇਵਾਦਾਰ ਨੇ, ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਵਾਗਡੋਰ ਸਾਂਭਣੀ ਹੈ ਨਾ ਖਾਲਸਾ ਜੀ, ਉਹਨਾਂ ਦੇ ਵਿੱਚ ਆਪ ਵਰਤ ਕੇ ਜਿਹੜੇ ਕੰਮ ਰਹਿ ਗਏ ਨਾ ਉਹਨਾਂ ਨੇ ਕਰਵਾ ਲੈਣੇ। ਕਿਉਂਕਿ ਜਿਨ੍ਹਾਂ ਦੇ ਦਿਲ ਵਿੱਚ ਚਾਅ ਹੋਵੇ ਨਾ ਕੁੱਝ ਕਰਨ ਦਾ, ਖਾਲਸਾ ਜੀ ਸਰੀਰ ਬਦਲਦੇ ਨੇ। ਉਹਨਾਂ ਦੀਆਂ ਤਕਰੀਰਾਂ, ਉਹਨਾਂ ਦੇ ਸ਼ਬਦ, ਉਹਨਾਂ ਦੀਆਂ ਵਿਚਾਰਾਂ, ਉਹਨਾਂ ਦੇ ਰਹਿੰਦੇ ਕਾਰਜ, ਉਹ ਜਿੰਨਾ ਚਿਰ ਕਰ ਨਹੀਂ ਨਾ ਲੈਂਦੇ ਖਾਲਸਾ ਜੀ, ਉਹਨਾਂ ਚਿਰ ਸੀਨੇ ਵਿੱਚ ਠੰਡ ਨਹੀਂ ਪੈਂਦੀ। ਆਓ, ਗੁਰੂ ਨੇ ਜੇ ਕਿਰਪਾ ਕੀਤੀ, ਮੈਂ ਪਹਿਲੀ ਵਾਰ ਇਸ ਸਥਾਨ ਦੇ ਉੱਤੇ ਹਾਜ਼ਰੀ ਭਰਨ ਵਾਸਤੇ ਆਇਆ ਖਾਲਸਾ ਜੀ। ਸੰਸਾਰ ਘੁੰਮਣ ਦਾ ਮੌਕਾ ਮਿਲਿਆ, ਪਰ ਮੈਂ ਕਹਿੰਦਾ ਜਿਹੋ ਜਿਹਾ ਆਨੰਦ ਆ ਤੁਹਾਡੇ ਚਿਹਰਿਆਂ ਤੋਂ ਪ੍ਰਾਪਤ ਹੋ ਰਿਹਾ ਨਾ, ਸ਼ਾਇਦ ਕਿਤੇ ਨਹੀਂ ਹੋਇਆ। ਜਾਂ ਮੈਂ ਮਹਾਂਪੁਰਖ ਬਾਬਾ ਗੁਰਮੀਤ ਸਿੰਘ ਜੀ ਕਰਨਾਲ ਦੀ ਧਰਤੀ ਉੱਤੇ ਮੈਂ ਪਹਿਲੀ ਵਾਰ ਦਰਸ਼ਨ ਕੀਤੇ, ਤੇ ਜਾਂ ਉੱਥੇ ਆਨੰਦ ਪ੍ਰਾਪਤ ਹੋਇਆ ਵੀ ਜਿੱਥੇ ਸਰੋਤੇ ਹੋਣ ਬਖਤੇ ਦਾ ਮੁੱਲ ਉੱਥੇ ਹੀ ਪੈਂਦਾ। ਨਹੀਂ ਤੇ ਬਖਤਾ ਜਿੰਨਾ ਮਰਜ਼ੀ ਵਧੀਆ ਹੋਵੇ, ਜੇ ਸਰੋਤਾ ਨਾ ਪਵੇ ਤੇ ਬਖਤਾ ਵੀ ਕਿਸੇ ਕੰਮ ਦਾ ਨਹੀਂ। ਇਹ ਕਾਬਲ ਤੁਸੀਂ ਬਣੋ, ਜੇ ਤੁਹਾਡੀ ਤੇ ਮੇਰੀ ਵਿਚਾਰ ਬਣੇਗੀ ਤੇ ਮੇਰਾ ਇੱਥੇ ਆਉਣਾ ਸਫਲ ਹੋਣਾ। ਇੱਕ ਤੋਂ ਇੱਕ ਵਿਦਵਾਨ, ਇੱਕ ਤੋਂ ਇੱਕ ਗਿਆਨ ਪ੍ਰਾਪਤ ਕਰਕੇ ਇੱਥੇ ਬੈਠੇ ਹੋਏ ਨੇ, ਮਹਾਰਥੀ ਕਹਿ ਸਕਦਾ ਮੈਂ, ਜਿਹਨਾਂ ਨੂੰ ਗਿਆਨ ਦੀ ਦਾਤ ਧੁਰ ਦਰਗਾਹੋਂ ਮਿਲੀ ਹੈ। ਮੇਰੇ ਵਰਗੇ ਤੇ ਚਾਰ ਕਿਤਾਬਾਂ ਪੜ੍ਹ ਕੇ ਫਿਰ ਚਾਰ ਗੱਲਾਂ ਕਰਦੇ, ਪਰ ਆਹ ਜਿਹੜੀਆਂ ਰੱਬੀ ਰੂਹਾਂ ਬੈਠੀਆਂ ਇਹਨਾਂ ਨੂੰ ਧੁਰ ਦਰਗਾਹੋਂ ਗਿਆਨ ਉਤਰਦਾ। ਇਹ ਗ੍ਰੰਥ ਖੁਦ ਲਿਖਦੇ ਨੇ, ਇਹਨਾਂ ਨੂੰ ਗ੍ਰੰਥ ਪੜ੍ਹਨ ਦੀ ਲੋੜ ਨਹੀਂ ਪੈਂਦੀ। ਕਿਉਂ ਨਹੀਂ ਪੜ੍ਹਨ ਦੀ ਲੋੜ ਪੈਂਦੀ? ਕਿਉਂਕਿ ਇਹਨਾਂ ਦੇ ਅੰਦਰ ਦੀਵੇ ਜਗਦੇ ਨੇ। ਹਰ ਤੁਮੇ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ। ਜਦੋਂ ਆਹ ਅਵਸਥਾ ਬਣ ਜਾਂਦੀ ਹੈ ਵੀ ਸੱਚੇ ਪਾਤਸ਼ਾਹ ਆ ਸਿਰ ਵੱਢਿਆ ਜਾ ਸਕਦਾ, ਇਹ ਕੱਟਿਆ ਤੇ ਜਾ ਸਕਦਾ, ਪਰ ਸੱਚੇ ਪਾਤਸ਼ਾਹ ਝੁਕੇਗਾ ਤੇਰੇ ਗਾੜੀ, ਗ੍ਰੰਥ ਗਾੜੀ ਤੇ ਜਾਂ ਪੰਥ ਗਾੜੀ, ਇਹ ਸੱਚੇ ਪਾਤਸ਼ਾਹ ਹੋਰ ਕਿਸੇ ਗਾੜੀ ਨਹੀਂ ਸਿਰ ਝੁਕੇਗਾ। ਤੇ ਫਿਰ ਆਵਾਜ਼ ਪਤਾ ਕੀ ਆਉਂਦੀ ਉਹਨਾਂ ਦੇ ਅੰਦਰੋਂ, ਉਹ ਕਹਿੰਦੇ ਮਹਾਰਾਜ ਤੁਮੇ ਛਾੜ ਕੋਈ ਅਵਰ ਨਾ ਧਿਆਉ, ਜੋ ਬਰ ਚਾਹੂ ਸੋ ਤੁਮ ਤੇ ਪਾਉ। ਇਹ ਖਾਲਸਾ ਜੀ ਕੋਈ ਫੋਕੀ ਸਿਫਤਾਂ ਨਹੀਂ ਮੇਰੀਆਂ, ਇਹਨਾਂ ਰੂਹਾਂ ਦੇ ਵਿੱਚ ਉਹ ਤਾਕਤ ਗੁਰੂ ਨੇ ਬਖਸ਼ੀ ਹੈ ਨਾ ਜਿਹੜੇ ਭਾਗਾਂ 'ਚ ਸਾਡੇ ਨਹੀਂ ਲਿਖਿਆ। ਮੈਂ ਦਾਅਵਾ ਕਰਦਾ ਜੇ ਅੰਦਰੋਂ ਦਿਲੋਂ ਅਰਦਾਸ ਕਰ ਦੇਣਾ ਤੁਹਾਡੇ ਭਾਗ ਜਾਗ ਸਕਦੇ ਨੇ। ਕਿਉਂਕਿ ਅਸੀਂ ਕਈ ਵਾਰ ਨਾ ਗੁਰੂ ਦੇ ਕੋਲ ਹੋ ਕੇ ਵੀ ਅਸੀਂ ਗੁਰੂ ਤੋਂ ਦੂਰ ਬੈਠੇ ਹੋਏ ਹਾਂ, ਤੇ ਕਈ ਵਾਰ ਦੂਰ ਬੈਠੇ ਹੋਏ ਜਿਹੜੇ ਨੇ ਉਹ ਗੁਰੂ ਨੂੰ ਕੋਲ ਬੁਲਾ ਲੈਂਦੇ ਨੇ। ਤੇ ਖਾਲਸਾ ਜੀ ਇਹ ਉਹ ਰੂਹਾਂ ਬੈਠੀਆਂ ਤੇ ਬਾਬਾ ਰਾਮ ਸਿੰਘ ਦੀ ਕਲਾ ਵਰਤਦੀ ਹੈ, ਜਿਹੜੇ ਆਪਣਾ ਸਾਰਾ ਕੁਝ ਤਿਆਗ ਕੇ ਤੇ ਦਿਨ ਰਾਤ ਭਗਤੀ ਕਰਦੇ, ਨਾਮ ਸਿਮਰਨ ਜਪਦੇ ਨੇ, ਤੇ ਕਿੰਨਾ ਵਾਸਤੇ ਇਹ ਜਦੋਂ ਵੀ ਅਰਦਾਸ ਕਰਦੇ ਕਹਿੰਦੇ ਸੱਚੇ ਪਾਤਸ਼ਾਹ ਨਗਰ ਖੇੜੇ ਖੁਸ਼ੀਆਂ ਦੇ ਖੇੜੇ ਬਖਸ਼ਿਸ਼ ਕਰੀ, ਪਰਿਵਾਰਾਂ ਨੂੰ ਤੰਦਰੁਸਤੀਆਂ ਬਖਸ਼ੀ। ਸਾਧੂ ਬਣਨਾ ਕੋਈ ਖੇਡ ਨਹੀਂ ਹੈ ਖਾਲਸਾ ਜੀ, ਸਾਧੂ ਉਹ ਹੈ ਜਿਹੜਾ ਆਪਣੇ ਆਪ ਨੂੰ ਸਾਧ ਲੈਂਦਾ, ਜਿਹੜਾ ਆਪਣੇ ਆਪ ਨੂੰ ਤਿਆਗ ਲੈਂਦਾ। ਹੁਣ ਤਿਆਗਣਾ ਹੀ ਔਖਾ ਨਾ ਬੰਦੇ ਨੂੰ, ਇੰਨੇ ਸੰਸਾਰੀ ਰੰਗ ਤਮਾਸ਼ੇ ਆ, ਬੰਦਾ ਕੋਈ ਛੱਡਦਾ ਕਦੀ ਵੀ ਨਹੀਂ ਛੱਡਦਾ। ਪਰ ਜਦੋਂ ਗੁਰੂ ਦਾ ਰੰਗ ਅੰਦਰੋਂ ਚੜ੍ਹ ਜਾਂਦਾ ਨਾ ਖਾਲਸਾ ਜੀ, ਆਹ ਬਾਕੀ ਦੁਨਿਆਵੀ ਰੰਗ ਫਿਰ ਸਾਰੇ ਫਿੱਕੇ ਲੱਗਦੇ ਆ। ਕੋ ਸਤਨਾਮ। ਤੇ ਮੈਂ ਇੱਕ ਬੇਨਤੀ ਕਰਾਂਗਾ ਫਤਿਹ ਬੁਲਾਉਣ ਤੋਂ ਪਹਿਲਾਂ, ਮੈਂ ਬਾਹਰ ਵੇਖ ਰਿਹਾ ਸੀ ਬੜਾ ਵੱਡਾ ਇਕੱਠ ਬੈਠਾ ਵਾ, ਤੇ ਬਾਬਾ ਰਾਮ ਸਿੰਘ ਜੀ ਨਾ ਜੇ ਸੋਚਦੇ ਕਿਤੇ ਚਲੇ ਗਏ, ਉਹ ਇੱਥੇ ਅੱਜ ਵੀ ਬੈਠੇ ਨੇ ਤੇ ਤੁਹਾਨੂੰ ਵੇਖ ਰਹੇ ਨੇ। ਤੁਸੀਂ ਢਾਡੀਆਂ ਦਾ ਕਰਕੇ ਨਹੀਂ ਬਹਿਣਾ, ਜਾਂ ਤੁਸੀਂ ਰਾਗੀਆਂ ਦਾ ਕਰਕੇ ਬਹਿਣਾ, ਜਾਂ ਪ੍ਰਚਾਰਕਾਂ ਦਾ ਕਰਕੇ ਬਹਿਣਾ, ਤੁਸੀਂ ਬਹਿਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕਰਕੇ। ਕਿਉਂਕਿ ਸ਼ਬਦ ਦਾ ਸਤਿਕਾਰ ਕਰਨਾ ਬਾਬਾ ਰਾਮ ਸਿੰਘ ਨੇ ਪੈਰ ਪੈਰ ਤੇ ਤੁਹਾਨੂੰ ਸਮਝਾਇਆ।
ਮੈਂ ਤੇ ਇੱਕੋ ਵਾਰੀ ਦਰਸ਼ਨ ਕੀਤੇ, ਤੁਸੀਂ ਤੇ ਅਨੰਤ ਦਰਸ਼ਨ ਕੀਤੇ ਨੇ, ਅਨੰਤ ਵਿਚਾਰਾਂ ਉਹਨਾਂ ਦੀਆਂ ਸਰਵਣ ਕੀਤੀਆਂ ਨੇ। ਖਾਲਸਾ ਜੀ, ਉਹਨਾਂ ਦਾ ਇੱਕ ਹੀ ਮਿਸ਼ਨ ਸੀ, ਉਹਨਾਂ ਦਾ ਇੱਕ ਹੀ ਹੌਕਾ ਸੀ ਵੀ ਗੁਰੂ ਦਿਆ ਸਿੱਖਾ ਜੇ ਭਾਗਾਂ ਵਿੱਚ ਸੁੱਖ ਲਿਖਾਉਣਾ ਚਾਹੁੰਦਾ ਤੇ ਬਣ ਜਾ ਨਾਨਕ ਦਾ, ਨਾਨਕ ਦਾ ਬਣ ਕੇ ਵੇਖ ਸਾਰੇ ਸੰਸਾਰ ਦੀਆਂ ਖੁਸ਼ੀਆਂ ਤੇਰੇ ਅੱਗੇ ਪਿੱਛੇ ਭੱਜੀਆਂ ਫਿਰਨਗੀਆਂ। ਹੁਣ ਤੇ ਬੰਦਾ ਖੁਸ਼ੀਆਂ ਲੱਭਣ ਵਾਸਤੇ ਦਰ ਦਰ ਭਟਕਦਾ ਨਾ, ਪਰ ਜਦੋਂ ਨਾਨਕ ਨੂੰ ਆਪਣਾ ਬਣਾ ਲੈਂਦਾ ਤੇ ਫਿਰ ਸੱਚਾ ਪਾਤਸ਼ਾਹ ਜਦੋਂ ਆਪਣਾ ਬਣ ਜਾਵੇ ਫਿਰ ਖਾਲਸਾ ਜੀ ਕਿਹੜੀਆਂ ਦੌਲਤਾਂ, ਕਿਹੜੀਆਂ ਬਰਕਤਾਂ, ਇਹ ਤੇ ਆਪ ਅੱਗੇ ਪਿੱਛੇ ਹੱਥ ਜੋੜ ਕੇ ਤੁਰੀਆਂ ਫਿਰਦੀਆਂ ਵੀ ਸਾਡੇ ਤੋਂ ਸੁੱਖ ਲੈ ਲਓ। ਪਰ ਸਾਧੂ ਕਹਿੰਦੇ ਸਾਨੂੰ ਸੁੱਖ ਦੀ ਲੋੜ ਨਹੀਂ, ਸਾਨੂੰ ਤੇ ਗੁਰੂ ਨੇ ਆਖਿਆ ਦੁੱਖ ਦਾਰੂ ਸੁੱਖ ਰੋਗ ਭਇਆ ਜਾਂ ਸੁੱਖ ਤਾਮ ਨਾ ਹੋਈ। ਵੀ ਸਾਨੂੰ ਸੱਚੇ ਪਾਤਸ਼ਾਹ ਨੇ ਆਖਿਆ ਵੀ ਦੁੱਖ ਹੰਢਾਓ, ਜੇ ਦੁੱਖ ਹੰਢਾਓਗੇ ਤੇ ਸੁੱਖ ਦੀ ਕਦਰ ਹੋਵੇਗੀ। ਇਹ ਦੁੱਖ ਆਪਣੇ ਸਰੀਰ ਤੇ ਹੰਢਾਉਂਦੇ ਨੇ ਤੇ ਜਿਹੜਾ ਸੁੱਖ ਮਿਲਦਾ ਹੈ ਉਹ ਤੁਹਾਡੇ ਵਾਸਤੇ ਲੈ ਕੇ ਤੇ ਤੁਹਾਡੀਆਂ ਝੋਲੀਆਂ 'ਚ ਪਾਉਂਦੇ ਨੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਸ ਕਰਕੇ ਜਿਹੜੇ ਬਾਹਰ ਬੈਠੀਆਂ ਬੀਬੀਆਂ ਭੈਣਾਂ ਜਿਹੜੀਆਂ ਗੱਲਾਂ ਕਰਦੀਆਂ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਥੋੜ੍ਹਾ ਥੋੜ੍ਹਾ ਅੱਗੇ ਨੂੰ ਆ ਜਾਓ, ਕਿਉਂਕਿ ਆਪਾਂ ਜਿੰਨਾ ਕੁ ਸਮਾਂ, ਇੱਕ ਘੰਟਾ ਸਮਾਂ, ਤੇ ਮੇਰੇ ਤੋਂ ਪਹਿਲਾਂ ਗੁਰਚਰਨ ਸਿੰਘ ਜੀ ਬੀਏ ਸਾਹਿਬ, ਮੇਰੇ ਸ਼ਬਦਾਂ ਦੇ ਮਥਾਜ ਨਹੀਂ, ਬੜੀ ਅਥਾਹ ਕਿਰਪਾ ਹੈ ਜਿਨ੍ਹਾਂ ਦੇ ਸਿਰ ਉੱਤੇ ਮਹਾਂਪੁਰਖ ਬਾਬਾ ਰਾਮ ਸਿੰਘ ਦਾ ਹੱਥ ਹੋਵੇ। ਮੇਰੇ ਵਰਗੇ ਪ੍ਰਚਾਰਕ ਤੇ ਬਹੁਤ ਬਾਉਣੇ ਨੇ ਉਹਨਾਂ ਦੇ ਸਾਹਮਣੇ, ਔਰ ਉਹ ਚੰਗੇ ਬੁਲਾਰੇ ਵੀ ਔਰ ਚੰਗੇ ਮਿੱਤਰ ਵੀ ਨੇ, ਬੜੀ ਪਿਆਰ ਵਾਲੀ ਰੂਹ ਹੈ ਜਿਨ੍ਹਾਂ ਦੇ ਸੱਦੇ ਪੱਤਰ ਉੱਤੇ ਔਰ ਮਹਾਂਪੁਰਖਾਂ ਦੇ ਹੁਕਮ ਉੱਤੇ ਇੱਥੇ ਆਪ ਜੀ ਦੇ ਚਰਨ ਪਰਸਨ ਵਾਸਤੇ ਆਏ ਹਾਂ। ਮੈਂ ਧੰਨਵਾਦ ਕਰਦਾ ਹੈ ਤੇ ਬੇਨਤੀ ਕਰਾਂਗਾ ਭੈਣਾਂ ਨੂੰ, ਮਾਤਾਵਾਂ ਨੂੰ ਕਿ ਤੁਹਾਡੀ ਗੱਲ ਕਰਨੀ ਹੈ, ਗੱਲ ਕਰਨੀ ਹੈ ਸੱਚੇ ਪਾਤਸ਼ਾਹ ਦੀ। ਸੱਚੇ ਪਾਤਸ਼ਾਹ ਨੇ ਤਾਰਿਆ ਕਿਵੇਂ ਆ? ਅਸੀਂ ਤੇ ਪੈਰ ਪੈਰ ਤੇ ਠੋਕਰਾਂ ਖਾਂਦੇ ਸੀ, ਪੈਰ ਪੈਰ ਤੇ ਡੁੱਬਦੇ ਜਾਂਦੇ ਸੀ। ਸੱਚੇ ਪਾਤਸ਼ਾਹ ਨੇ ਬਾਜੂ ਨੂੰ ਫੜ ਕੇ ਸਾਨੂੰ ਤਾਰ ਲਿਆ ਤੇ ਤਾਰਿਆ ਤੇ ਉਹਨਾਂ ਨੂੰ ਹੈ ਨਾ ਜਿਹੜੇ ਗੁਰੂ ਦੇ ਸਨਮੁਖ ਬੈਠੇ ਨੇ। ਸਕੂਲ ਵਿੱਚ ਕਿਹੜਾ ਬੱਚਾ ਅੱਗੇ ਹੋ ਕੇ ਬਹਿੰਦਾ ਜਿਹੜਾ ਵਿੱਦਿਆ ਹਾਸਲ ਕਰਦਾ ਹੋਵੇ, ਜਿਹੜਾ ਮਿਹਨਤ ਕਰਦਾ ਹੋਵੇ, ਜਿਹੜਾ ਪੜ੍ਹਾਈ ਕਰਦਾ ਹੋਵੇ, ਜਿਹੜਾ ਕੋਈ ਯਾਦ ਕਰਕੇ ਆਇਆ ਹੋਵੇ, ਤਾਂ ਨਲਾਇਕ ਬੱਚਾ ਕਿੱਥੇ ਬਹਿੰਦਾ? ਸਭ ਤੋਂ ਪਿੱਛੇ ਹੋ। ਆ ਤੁਸੀਂ ਅੱਗੇ ਬੈਠੇ ਹੋ ਨਾ, ਤੁਹਾਡੇ ਮਨ ਵਿੱਚ ਚਾਹੇ, ਤੁਹਾਡੇ ਮਨ ਵਿੱਚ ਚਾਹੇ ਵੀ ਗੁਰੂ ਦੇ ਦਰਸ਼ਨ ਕਰ ਲਾ ਭੋਲਿਆ, ਇਹ ਅੱਖਾਂ ਦਾ ਇਹ ਰੋਸ਼ਨੀ ਜਿਹੜੀ ਹੈ ਨਾ ਇਹ ਵੱਧ ਜਾ। ਜਦੋਂ ਗੁਰੂ ਦੇ ਦਰਸ਼ਨ ਕਰੋਗੇ, ਗੁਰੂ ਕਿਰਪਾ ਕਿਰਪਾ ਕਰੇਗਾ, ਇਹਦੀ ਰੋਸ਼ਨੀ ਦੇ ਵਿੱਚ ਪ੍ਰਕਾਸ਼ ਹੋਰ ਜ਼ਿਆਦਾ ਵਧੇਗਾ। ਸੋ ਜਿਹੜੇ ਬਾਹਰ ਨੇ ਉਹਨਾਂ ਨੂੰ ਬੇਨਤੀ ਹੈ ਅੰਦਰ ਆ ਜਾਓ ਤੇ ਜਿਹੜੇ ਗੱਲਾਂ ਬਾਤਾਂ ਕਰਨ ਦੇ ਥੋੜ੍ਹਾ ਥੋੜ੍ਹਾ ਅੱਗੇ ਆ ਜਾਓ। ਇੱਕ ਘੰਟਾ ਸਮਾਂ, ਇੱਕ ਘੰਟੇ ਦੇ ਵਿੱਚ ਵਿਚਾਰਾਂ ਕਰਕੇ ਮੈਂ ਸਮਾਪਤੀ ਵੱਲ ਚਲੇ ਜਾਣਾ ਹੈ। ਆਓ ਜਿੰਨੇ ਜੁੜ ਕੇ ਬੈਠੇ, ਜਿੱਥੇ ਤੱਕ ਵੀ ਆਵਾਜ਼ ਜਾਂਦੀ ਹੈ, ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਸੀਸ ਨਵਾ ਕੇ ਗੁਰੂ ਦਾ ਕੋਟਨ ਕੋਟ ਧੰਨਵਾਦ, ਫਿਰ ਜਿੰਨੇ ਮਹਾਂਪੁਰਖ ਬੈਠੇ ਨੇ ਸਾਰਿਆਂ ਦੇ ਚਰਨਾਂ 'ਤੇ ਨਮਸਕਾਰ ਹੈ, ਸੰਗਤ ਦੇ ਚਰਨਾਂ 'ਤੇ ਨਮਸਕਾਰ ਹੈ। ਸੰਗਤ ਵੱਡੀ ਹੈ, ਸੰਗਤ ਜੋ ਚਾਹੇ ਉਹ ਕਰਾ ਸਕਦੀ ਹੈ, ਜੋ ਸੰਗਤ ਕਹਿ ਦਿੰਦੀ ਹੈ ਗੁਰੂ ਮੋੜਦਾ। ਜੇ ਗੁਰੂ ਚਾਹੇ ਤੇ ਖਾਲਸਾ ਜੀ ਬੰਨ ਲਵੇ ਨਾ ਕਿਸੇ ਨੂੰ, ਤਾਂ ਸੰਗਤ ਅਰਦਾਸ ਕਰ ਦੇਵੇ ਤੇ ਗੁਰੂ ਨੂੰ ਛੱਡਣੀ, ਤੇ ਗੁਰੂ ਕਿਰਪਾ ਕਰ ਦੇਵੇ, ਗੁਰੂ ਰਹਿਮਤ ਕਰ ਦੇਵੇ। ਅੱਜ ਆਪਾਂ ਮਿੱਤਰਤਾ ਦੀ ਗੱਲ ਕਰਨੀ ਹੈ, ਅੱਜ ਆਪਾਂ ਪਿਆਰ ਦੀ ਗੱਲ ਕਰਨੀ ਹੈ, ਗੱਲ ਅੱਜ ਮੁਹੱਬਤ ਦੀ ਕਰਨੀ ਹੈ, ਗੱਲ ਅੱਜ ਆਪਾਂ ਸਾਰੇ ਪਾਸੇ ਰੌਲਾ ਪਿਆ। ਇੱਕ ਖਾਲਸਾ, ਅਸੀਂ ਕਹਿੰਦੇ ਹਾਂ ਵੀ ਗੁਰੂ ਦਾ ਨਾਮ ਵੀ ਜਪਦੇ ਹਾਂ, ਗੁਰੂ ਦਾ ਬਾਣਾ ਵੀ ਪਾਇਆ, ਤੇ ਫਿਰ ਵੀ ਦੁੱਖ ਘੇਰ ਲੈਂਦਾ। ਤੇ ਤੁਹਾਨੂੰ ਅੱਜ ਉੱਥੇ ਲੈ ਕੇ ਚੱਲਣਾ ਵੀ ਜਿਹਨਾਂ ਦੇ ਦੁੱਖ ਮੁਸੀਬਤਾਂ ਜਿਹੜੇ ਸਾਹਮਣਾ ਕਰਦੇ ਨਾ, ਸਮਝ ਲਓ ਵੀ ਗੁਰੂ ਪਰਚੇ ਪਾ ਕੇ ਪਾਸ ਕਰਕੇ ਆਪਣੇ ਬਣਾਉਂਦਾ ਉਹਨਾਂ ਨੂੰ। ਤੇ ਜਿਹਨਾਂ ਨੂੰ ਚੁਣੇ ਨਾ, ਜਿਹਨਾਂ ਤੇ ਨਜ਼ਰ ਹੀ ਨਾ ਹੋਵੇ ਖਾਲਸਾ ਜੀ, ਉਹਨਾਂ ਨੂੰ ਦੁੱਖ ਵੀ ਨਹੀਂ ਮਿਲਦੇ। ਦੁੱਖੀ ਉਹਨਾਂ ਨੂੰ ਮਿਲਦੇ ਜਿਹਨਾਂ ਨੂੰ ਗੁਰੂ ਨੇ ਚੁਣਨਾ ਹੋਵੇ, ਜਿਹੜੇ ਸੰਘਰਸ਼ ਵਿੱਚੋਂ ਪੈਦਾ ਹੁੰਦੇ ਨੇ ਖਾਲਸਾ ਜੀ, ਉਹ ਕਦੇ ਡੋਲਦੇ ਨਹੀਂ, ਕਦੇ ਥਿਰਕਦੇ ਨਹੀਂ। ਜਿਹੜੇ ਇਨਕਲਾਬੀ ਲਹਿਰ ਦਾ ਹਿੱਸਾ ਬਣਦੇ ਨੇ ਉਹ ਖਾਲਸਾ ਜੀ ਕਦੇ ਮੁੱਕਦੇ ਨਹੀਂ। ਤੇ ਮੈਂ ਗੱਲ ਕਰ ਲੱਗਾ ਅਰਦਾਸ ਦੀ। ਆਪਾਂ ਸਾਰੇ ਕਹਿੰਦੇ ਹਾਂ ਵੀ ਅਰਦਾਸ ਕਰਦੇ, ਸੱਚੇ ਪਾਤਸ਼ਾਹ ਸਾਡੀ ਅਰਦਾਸ ਪ੍ਰਵਾਨ ਕਿਉਂ ਨਹੀਂ ਕਰਦੇ?
ਅਸੀਂ ਰੋਜ਼ ਅਰਦਾਸ ਕਰਦੇ ਹਾਂ, ਕਦੇ ਅੰਮ੍ਰਿਤ ਵੇਲੇ ਅਰਦਾਸ ਕਰਦੇ ਹਾਂ, ਕਦੇ ਸ਼ਾਮ ਵੇਲੇ ਅਰਦਾਸ ਕਰਦੇ ਹਾਂ, ਤੇ ਕੋਈ ਬੰਦਾ ਬਾਂਹ ਖੜੀ ਕਰਕੇ ਇਹ ਨਹੀਂ ਕਹਿ ਸਕਦਾ ਵੀ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਹਰ ਟਾਈਮ ਕੁਝ ਨਾ ਕੁਝ ਗੁਰੂ ਦੇ ਕੋਲੋਂ ਮੰਗਦੇ ਹਾਂ, ਦੇਂਦਾ ਦੇ ਲੈਂਦੇ ਥੱਕ ਪਾਏ। ਇਹ ਗੁਰੂ ਸਾਨੂੰ ਬਖਸ਼ਿਸ਼ਾਂ ਕਰਦਾ ਕਰਦਾ ਖਾਲਸਾ ਜੀ ਥੱਕਦਾ ਨਹੀਂ, ਪਰ ਇੱਕ ਦਿਨ ਸਾਡੇ ਹੀ ਸਾਹ ਮੁੱਕ ਜਾਂਦੇ। ਆਓ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਉਹ ਪਾਤਸ਼ਾਹਾਂ ਦੇ ਪਾਤਸ਼ਾਹ, ਵਲੀਆਂ ਦੇ ਵਲੀ, ਬਾਬਿਆਂ ਦੇ ਬਾਬੇ, ਗੁਰੂਆਂ ਦੇ ਗੁਰੂ, ਜਿਨ੍ਹਾਂ ਨੇ ਸੰਸਾਰ ਨੂੰ ਸ਼ਬਦਾਂ ਦੇ ਬਾਣ ਲਾ ਕੇ ਜਗਾ ਲਿਆ ਖਾਲਸਾ। ਦਸਵੇਂ ਪਾਤਸ਼ਾਹ ਨੇ ਸ਼ਸਤਰ ਨੂੰ ਮਿਲਾਇਆ ਤੇ ਨਾਨਕ ਪਾਤਸ਼ਾਹ ਨੇ ਸ਼ਬਦਾਂ ਦੇ ਬਾਣ ਲਾ ਕੇ। ਹੁਣ ਮੈਂ ਗੱਲ ਕਰਨ ਲੱਗਾ ਦੋ ਮਿੱਤਰਾਂ ਦੀ, ਦੋ ਸੱਜਣਾਂ ਦੀ, ਦੋ ਉਹਨਾਂ ਰੂਹਾਂ ਦੀ ਵੀ ਜਿਹੜੇ ਸਾਲਾਂ ਬੱਧੀ ਮਿਲਦੇ ਨੇ ਪਰ ਪਿਆਰ ਪਿਆਰ ਬਹੁਤ ਹੈ, ਮੁਹੱਬਤ ਬੜੀ ਹੈ। ਅੱਜ ਸਾਡੇ ਕੋਲ ਨਾ ਸੋਸ਼ਲ ਮੀਡੀਆ, ਅੱਜ ਅਸੀਂ ਮਿੰਟ ਮਿੰਟ ਬਾਅਦ ਵੀ ਆਪਣਿਆਂ ਦਾ ਹਾਲ ਪੁੱਛ ਲੈਂਦੇ ਹਾਂ, ਪਰ ਮੈਂ ਉਹਨਾਂ ਸਮਾਂ ਦੀ ਗੱਲ ਕਰਨ ਲੱਗਾ ਜਦੋਂ ਇਹ ਸੋਸ਼ਲ ਮੀਡੀਆ ਫੋਨ ਨਹੀਂ ਸੀ, ਉਦੋਂ ਦਿਲਾਂ ਦੀਆਂ ਤਾਰਾਂ ਜੁੜਦੀਆਂ ਸੀ। ਕਈ ਸਾਲਾਂ ਬਾਅਦ ਮਿਲਣਾ, ਇੱਕ ਦੂਜੇ ਨੂੰ ਛਾਤੀ ਨਾਲ ਲਾਉਣਾ ਤੇ ਤਪਦੇ ਹਿਰਦੇ ਠੰਡੇ ਠਾਰ ਹੋ ਜਾਣਾ ਤੇ ਕਈ ਸਾਲਾਂ ਬੱਧੀ ਫਿਰ ਆਪੋ ਆਪਣੇ ਕਾਰੋਬਾਰੋਂ ਵਿੱਚ ਲੱਗ ਜਾਣਾ। ਹੁਣ ਖਾਲਸਾ ਜੀ ਦੋ ਮਿੱਤਰ ਨੇ, ਇੱਕ ਦਾ ਨਾਂ ਭਗੀਰਥ ਤੇ ਇੱਕ ਦਾ ਨਾਂ ਸੇਠ ਜਗਤਾ ਹੈ। ਸੇਠ ਜਗਤਾ ਅਸਾਮ ਦਾ ਬਹੁਤ ਵੱਡਾ ਵਪਾਰੀ ਹੈ, ਲੱਕੜ ਦਾ ਬੇੜਾ ਜਿਹਦੇ ਤੇ ਇਹ ਮਾਲ ਇੱਧਰੋਂ ਲੈ ਕੇ ਜਾਣਾ ਤੇ ਉੱਧਰ ਤੇ ਉੱਧਰੋਂ ਲਿਆਉਣਾ ਤੇ ਇੱਧਰ, ਤੇ ਜਿਹੜਾ ਸੇਠ ਜਗਤਾ ਉਹ ਵੀ ਵਪਾਰੀ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਰਹਿੰਦਾ ਜਦੋਂ ਵੀ ਸਮਾਂ ਮਿਲਦਾ। ਇਹ ਸੰਗਲਾ ਦੀਪ ਨੂੰ ਚੱਲਦਾ ਹੈ। ਲੋ ਖਾਲਸਾ ਜੀ, ਸਮਾਂ ਬੀਤਦਾ ਗਿਆ, ਸਮਾਂ ਬੀਤਦਾ ਗਿਆ, ਅੱਗੇ ਕਿਤੇ ਮੇਲ ਹੁੰਦੇ ਨੇ ਛੇ ਮਹੀਨੇ ਬਾਅਦ, ਕਦੇ ਸਾਲ ਬਾਅਦ, ਹੁਣ ਲੰਮਾ ਹੀ ਸਮਾਂ ਹੋ ਗਿਆ। ਇਹ ਸਾਧੂ ਜਦੋਂ ਕਿਤੇ ਇੱਕ ਦਿਨ ਬੀਤ ਜਾਵੇ ਤੇ ਅਰਦਾਸ ਪਤਾ ਕੀ ਕਰਦੇ ਨੇ, ਕਹਿੰਦੇ ਮਹਾਰਾਜ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋ। ਮਹਾਰਾਜ ਸਾਡੇ ਭਾਅ ਦਾ ਕਲਯੁਗ ਹੀ ਹੈ, ਤਾਂ ਸੱਜਣ ਵੀ ਉਹ ਪੁਕਾਰਾਂ ਕਰਦੇ ਵੀ ਸੱਜਣ ਦੇ ਦੀਦਾਰ ਹੋਣ, ਸੱਜਣ ਮਿਲੇ ਤਾਂ ਦਿਲ ਨੂੰ ਸ਼ਾਂਤ ਆਵੇ, ਬਿਨਾਂ ਸੱਜਣਾ ਬੇਕਰਾਰੀਆਂ ਨੇ। ਕਹਿੰਦਾ ਜੀਵਣਾ ਜਗ ਤੇ ਕੱਲੇ ਆਂਦਾ, ਸੱਜਣਾ ਨਾਲ ਹੀ ਨਿਆਮਤਾਂ ਸਾਰੀਆਂ ਨੇ। ਕਹਿੰਦਾ ਨਾਚਕ ਦਾਸ ਉਹ ਸੱਜਣ ਕੋਲ ਜਸਦੇ, ਉਹਦੇ ਕੋਲ ਤਾਂ ਰਹਿਮਤਾਂ ਸਾਰੀਆਂ, ਉਹਦੇ ਕੋਲ ਬਰਕਤਾਂ ਵੀ ਸਾਰੀਆਂ ਨੇ। ਲੋ ਖਾਲਸਾ ਜੀ, ਲੰਮੇ ਸਮੇਂ ਬਾਅਦ ਸੇਠ ਜਗਤਾ ਤੇ ਭਗੀਰਥ ਦਾ ਮੇਲ ਹੋਇਆ। ਹੁਣ ਭਗੀਰਥ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਰਹਿ ਕੇ ਆਇਆ ਤੇ ਇੱਧਰ ਸੇਠ ਜਗਤਾ ਜਦੋਂ ਵੇਖਦਾ ਹੈ ਆਪਣੇ ਸੱਜਣ ਨੂੰ, ਉਹਦੇ ਚਿਹਰੇ ਦਾ ਨੂਰ, ਉਹਦੇ ਚਿਹਰੇ ਦਾ ਪ੍ਰਤਾਪ, ਉਹਦੇ ਚਿਹਰੇ ਦਾ ਪ੍ਰਕਾਸ਼, ਖਾਲਸਾ ਜੀ ਚਿਹਰੇ ਉੱਤੇ ਸੰਸਾਰ ਨਾਲੋਂ ਕੁਝ ਵੱਖਰਾ ਨੂਰ ਹੈ, ਕੁਝ ਵੱਖਰਾ ਪ੍ਰਤਾਪ ਹੈ। ਸੇਠ ਜਗਤਾ ਆਪਣੇ ਸੱਜਣ ਨੂੰ ਕੁਝ ਕਹਿਣਾ ਚਾਹੁੰਦਾ ਹੈ ਪਰ ਚਿਹਰੇ ਦਾ ਪ੍ਰਤਾਪ ਵੇਖ ਕੇ ਜ਼ਬਾਨ ਚੱਲਣੋਂ ਬੰਦ ਹੋ ਗਈ ਤੇ ਨਜ਼ਰਾਂ ਕਦੇ ਬੰਦ ਹੁੰਦੀਆਂ ਤੇ ਕਦੇ ਖੁੱਲਦੀਆਂ। ਕੁਝ ਕੁ ਸਮੇਂ ਬਾਅਦ ਨਾ ਜ਼ਬਾਨ ਚੱਲੀ, ਨਜ਼ਰਾਂ ਉਸੇ ਤਰ੍ਹਾਂ ਕਦੇ ਬੰਦ ਹੋ ਰਹੀਆਂ ਤੇ ਕਦੇ ਖੁੱਲਦੀਆਂ ਪਈਆਂ, ਕਦੇ ਬੰਦ ਹੁੰਦੀਆਂ ਕਦੇ ਖੁੱਲਦੀਆਂ। ਜਦੋਂ ਜ਼ਬਾਨ ਚੱਲੀ ਨਾ, ਆਖਣ ਗਾ ਕਹਿੰਦਾ ਸੋਹਣਿਆ ਓਏ ਹੀਰਿਆ, ਓਏ ਪਹਿਲਾਂ ਵੀ ਬੜੀ ਵਾਰ ਮਿਲੇ ਸੀ ਪਰ ਆਹ ਜਿਹੜਾ ਪ੍ਰਤਾਪ ਅੱਜ ਤੇਰੇ ਚਿਹਰੇ ਉੱਤੇ ਵੇਖਦਾ ਪਿਆ ਨਾ, ਇਹ ਪਹਿਲਾਂ ਨਹੀਂ ਸੀ ਵੇਖਿਆ। ਇਹ ਨੂਰ, ਇਹ ਪ੍ਰਤਾਪ, ਇਹ ਤੇਜ ਉਹ ਮੇਰਿਆ ਸੋਹਣਿਆ ਕਿੱਥੋਂ ਹਾਸਲ ਕੀਤਾ ਤੇ ਕਿਵੇਂ ਹਾਸਲ ਕੀਤਾ ਏ? ਭਗੀਰਥ ਨੇ ਦੋਵੇਂ ਹੱਥ ਜੋੜ ਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਧਿਆਨ ਧਰ ਕੇ ਨਮਸਕਾਰ ਕਰਕੇ ਆਪਣੇ ਪਾਤਸ਼ਾਹ ਨੂੰ ਆਖਣ ਲੱਗਾ, ਕਹਿੰਦਾ ਜਗਤਿਆ ਉਹ ਸੇਠ ਸਾਹਿਬ ਇਹ
ਇਹ ਮੇਰੇ ਨਾਨਕ ਦੀ ਰਹਿਮਤ ਹੈ, ਮੈਂ ਸੱਚੇ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਰਹਿ ਕੇ ਆਇਆ। ਇਹ ਸਾਰਾ ਤੇਜ, ਸਾਰਾ ਪ੍ਰਤਾਪ ਤੇ ਇਹ ਨੂਰ ਮੇਰੇ ਨਾਨਕ ਦੇ ਚਰਨਾਂ ਵਿੱਚੋਂ ਮੈਨੂੰ ਪ੍ਰਾਪਤ ਹੋਇਆ। ਸੇਠ ਜਗਦਾ ਖਲਗਾ ਕਹਿੰਦਾ, ਨਾਨਕ ਰਹਿੰਦਾ ਕਿੱਥੇ? ਭਗੀਰਥ ਨੇ ਆਖਿਆ, ਮੇਰਾ ਬਾਬਾ ਨਾਨਕ ਨਾ ਜਿਹੜਾ ਗਰੀਬਾਂ ਵਿੱਚ ਰਹਿੰਦਾ, ਉਹ ਕੁੱਲੀਆਂ ਵਾਲਿਆਂ ਨਾਲ ਪਿਆਰ ਕਰਦਾ, ਉਹ ਜਿਨ੍ਹਾਂ ਨੂੰ ਸੰਸਾਰ ਨੀਚ ਕਹਿੰਦਾ ਹੈ ਨਾ ਉਹਨਾਂ ਨੂੰ ਛਾਤੀ ਨਾਲ ਲਾਉਂਦਾ। ਸੇਠ ਜਗਦਾ ਖਲਗਾ ਕਹਿੰਦਾ, ਨਾਨਕ ਨੂੰ ਮਿਲਣਾ ਹੋਵੇ ਤੇ ਕਿਵੇਂ ਮਿਲਿਆ ਜਾ ਸਕਦਾ? ਭਗੀਰਥ ਨੇ ਆਖਿਆ, ਕਹਿੰਦਾ ਸੋਹਣਿਆ, ਅੰਦਰੋਂ ਆਵਾਜ਼ ਮਾਰ ਕੇ ਵੇਖੀ, ਤੂੰ ਨਾਨਕ ਨੂੰ ਯਾਦ ਕਰੇਗਾ, ਇੱਕ ਆਵਾਜ਼ ਮਾਰੇਗਾ, ਇੱਕ ਆਵਾਜ਼ ਦੇ ਉੱਤੇ ਸੱਚੇ ਪਾਤਸ਼ਾਹ ਆਪ ਚੱਲ ਕੇ ਤੂੰ ਇੱਕ ਕਦਮ ਤੁਰ ਕੇ ਵੇਖੀ, ਕਰੋੜਾਂ ਕਦਮ ਲੈਣ ਵਾਸਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੇਰੇ ਵੱਲ ਆਪ ਚੱਲ ਕੇ ਆਉਣਗੇ। ਸੇਠ ਜਗਦਾ ਖਲਗਾ ਕਹਿੰਦਾ, ਮੈਂ ਜਦੋਂ ਵੀ ਯਾਦ ਕਰਾਂ ਨਾਨਕ ਉਸੇ ਵੇਲੇ ਆਉਣਗੇ ਚੱਲ ਕੇ। ਭਗੀਰਥ ਨੇ ਆਖਿਆ, ਕਹਿੰਦਾ ਸੋਹਣਿਆਂ ਦੇ ਦਿਲ ਦੀ ਤਾਰ ਜੁੜੀ ਹੋਈ ਨਾ, ਤੂੰ ਸੰਸਾਰ ਦੇ ਕਿਸੇ ਕੋਨੇ ਵਿੱਚ ਬਹਿ ਕੇ ਵੀ ਆਵਾਜ਼ ਮਾਰ ਲਈ, ਸੱਚੇ ਪਾਤਸ਼ਾਹ ਤੇਰੇ ਕੋਲ ਪਹੁੰਚ ਜਾਣਗੇ। ਕਹਿੰਦਾ ਮੈਂ ਜਦੋਂ ਵੀ ਅਰਦਾਸ ਕਰਾਂ, ਜਦੋਂ ਵੀ ਆਵਾਜ਼ ਮਾਰਾਂ, ਮੇਰੇ ਪਾਤਸ਼ਾਹ ਆਉਣਗੇ। ਭਗੀਰਥ ਨੇ ਆਖਿਆ, ਕਹਿੰਦਾ ਓਏ ਸੇਠਾ, ਤੂੰ ਸੁੱਖ ਵਿੱਚ ਹੋਵੇਂ, ਸ਼ਾਇਦ ਗੁਰੂ ਨਾਨਕ ਸਾਹਿਬ ਨਾ ਆਉਣ, ਪਰ ਤੂੰ ਦੁੱਖ ਵਿੱਚ ਹੋਵੇਂਗਾ, ਕਦੇ ਆਵਾਜ਼ ਮਾਰ ਕੇ ਵੇਖੀ, ਦੁਖੀਆਂ ਦੇ ਹੰਝੂ ਪੂੰਝਣ ਵਾਸਤੇ ਸੰਸਾਰ ਦੇ ਉੱਤੇ ਮੇਰਾ ਨਾਨਕ ਸ਼ਾਹ ਫਕੀਰ ਆਇਆ ਹੈ। ਉਹ ਰੋਂਦਿਆਂ ਨੂੰ ਵੇਖ ਕੇ ਬਰਦਾਸ਼ਤ ਨਹੀਂ ਕਰਦਾ, ਉਹਨਾਂ ਦੇ ਹੰਝੂ ਪੂੰਝਣ ਵਾਸਤੇ ਸੰਸਾਰ ਦੇ ਆ ਤੇ ਹੰਝੂ ਪੂੰਝਣ ਵਾਸਤੇ ਪਹੁੰਚ ਜਾਂਦਾ। ਵਿਚਾਰਾ ਕਰਦਿਆਂ ਕਰਦਿਆਂ ਕਹਿੰਦਾ, ਫਿਰ ਮੈਨੂੰ ਵੀ ਦੀਦਾਰ ਕਰਾ ਨਾ, ਮੈਨੂੰ ਵੀ ਦਰਸ਼ਨ ਕਰਾ। ਤੇ ਭਗੀਰਥ ਨੇ ਆਖਿਆ, ਉਹਨੇ ਕਿਹਾ, ਸੇਠਾ ਜੇ ਤੇਰੇ ਦਿਲ ਵਿੱਚ ਚਾਹ ਹੈ ਨਾ, ਫਿਰ ਸੱਚੇ ਪਾਤਸ਼ਾਹ ਕਿਰਪਾ ਕਰਨਗੇ, ਇੱਕ ਦਿਨ ਤੈਨੂੰ ਦਰਸ਼ਨ ਦੇਣਗੇ। ਦੋਵੇਂ ਸੱਜਣ ਅੱਜ ਵਿਛੜਨ ਲੱਗੇ ਨੇ। ਭਗੀਰਥ ਨੇ ਆਪਣਾ ਬੇੜਾ ਲਿਆ ਤੇ ਸੰਗਲਾ ਦੀਪ ਨੂੰ ਚੜ੍ਹਾਈ ਕਰ ਦਿੱਤੀ ਤੇ ਸੇਠ ਜਗਦਾ ਅਸਾਮ ਵੱਲੋਂ ਤੁਰ ਪਿਆ। ਸੁਖਾਂ ਦੀ ਜ਼ਿੰਦਗੀ ਸੀ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਤੇ ਯਾਦ ਰੱਖੋ ਖਾਲਸਾ ਜੀ, ਸੱਚੇ ਮਾਰਗ ਤੇ ਚੱਲਣ ਵਾਸਤੇ ਪੈਰ ਪੈਰ ਤੇ ਕੰਡੇ ਨੇ, ਪੈਰ ਪੈਰ ਤੇ ਮੁਸੀਬਤਾਂ ਨੇ, ਪੈਰ ਪੈਰ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਹੜੇ ਲੋਕ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰ ਸਕਦੇ ਖਾਲਸਾ ਜੀ, ਉਹ ਇਨਕਲਾਬ ਦਾ ਹਿੱਸਾ ਵੀ ਨਹੀਂ ਬਣ ਸਕਦਾ। ਤੇ ਜਿੱਦਣ ਸੇਠ ਜਗਦੇ ਨੇ ਇਹ ਗੱਲ ਸੋਚ ਲਈ, ਦਿਲ ਵਿੱਚ ਆਵਾਜ਼ ਮਾਰੀ, ਸੱਚੇ ਪਾਤਸ਼ਾਹ ਤੇਰੇ ਦਰਸ਼ਨ ਕਰਨੇ ਨੇ। ਇਹ ਸੱਚੇ ਪਾਤਸ਼ਾਹ, ਇਹ ਜਗਤ ਦੇ ਵਾਲੀ, ਸੰਸਾਰ ਨੂੰ ਤਾਰਨ ਵਾਲੇ ਸੱਚੇ ਪਾਤਸ਼ਾਹ, ਕਦੇ ਮਿਹਰ ਕਰੋ, ਕਦੇ ਕਿਰਪਾ ਕਰੋ, ਮੈਨੂੰ ਵੀ ਆ ਕੇ ਦੀਦਾਰ ਦਿਓ। ਤਨ ਤਨ ਨਨਕਾਣੇ ਦੀ ਪਾਗ ਧਰਤੀ ਜਿੱਥੇ ਗੁਰਾਂ ਅਵਤਾਰਿਆ ਤਾਰਿਆ ਹੈ, ਸਭ ਕਸ਼ਟ ਕਲੇਸ਼ ਨਿਵਾਰਿਆ ਹੈ, ਇੱਕੋ ਨੂਰ ਤੋਂ ਉਪਜਿਆ ਜਗ ਸਾਰਾ, ਗੁਰਾਂ ਬਾਣੀ ਦੇ ਵਿੱਚ ਉਚਾਰਿਆ ਹੈ।
ਨਫ਼ਰਤ ਕਿਰਨਾ ਦੇ ਬਿਲਿਆ ਪਾਂਬੜਾਂ ਨੂੰ ਛਿੱਟਾ ਪਾਣੀ ਦਾ ਮਾਰ ਕੇ ਠਾਰਿਆ ਹੈ। ਗੁਰੂ ਨਾਨਕ ਸਾਹਿਬ ਦਾ ਚਰਨਾਂ ਦਾ ਭੌਰਾ ਬਣਨ ਵਾਸਤੇ ਦਿਨ ਰਾਤ ਅਰਦਾਸਾਂ ਕਰਦਾ, ਸਾਰੇ ਸੰਸਾਰ ਦੇ ਸੁੱਖਾਂ 'ਚ ਫਿੱਕੇ ਲੱਗਦੇ ਨੇ। ਮਹਿਲਾਂ ਵਿੱਚ ਬੈਠਾ ਹੈ ਧਨ ਦੌਲਤ ਦੀ ਕੋਈ ਕਮੀ ਨਹੀਂ ਹੈ, ਨੌਕਰ ਚਾਕਰਾਂ ਦੀ ਕੋਈ ਕਮੀ ਨਹੀਂ ਹੈ, ਪਰ ਆਵਾਜ਼ਾਂ ਮਾਰਦਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਪਹਿਲਾ ਪਰਚਾ ਪਾ ਦਿੱਤਾ। ਇਹ ਪਹਿਲਾ ਪਰਚਾ ਪਿਆ ਕਿੱਥੇ ਖਾਲਸਾ ਜੀ? ਕਿੱਥੇ ਨੌਕਰ ਨੇ, ਕਿੱਥੇ ਨੌਕਰ ਚਾਕਰ, ਕਿੱਥੇ ਚੰਗਾ ਕਾਰੋਬਾਰ, ਕਿੱਥੇ ਮਖਮਲੀ ਸੇਜਾਂ ਤੇ ਆਰਾਮ ਕਰਨ ਵਾਲਾ? ਖਾਲਸਾ ਜੀ, ਕਾਰੋਬਾਰ ਵਿੱਚ ਏਦਾਂ ਦਾ ਘਾਟਾ ਪੈ ਗਿਆ ਵੀ ਨੌਕਰ ਚਾਕਰ ਵੀ ਚਲੇ ਗਏ, ਇਹ ਬੇੜਾ ਵੀ ਵਿਕ ਗਿਆ। ਇੱਥੋਂ ਤੱਕ ਘਾਟਾ ਪੈ ਗਿਆ ਵੀ ਮਹਿਲਾ ਦਾ ਸਫ਼ਰ ਅੱਜ ਕੁੱਲੀਆਂ ਤੱਕ ਤੈਅ ਹੋ ਗਿਆ। ਕੁੱਲੀਆਂ ਤੋਂ ਮਹਿਲਾ ਤੱਕ ਦਾ ਤਾਂ ਸਫ਼ਰ ਤੈਅ ਕਰਦੇ ਸੀ ਲੋਕ, ਪਰ ਇਹ ਮਹਿਲਾ ਤੋਂ ਕੁੱਲੀਆਂ ਤੱਕ ਦਾ ਸਫ਼ਰ ਤੈਅ ਹੋ ਗਿਆ। ਮਹਿਲਾ ਤੋਂ ਕੁੱਲੀਆਂ ਵਿੱਚ ਆ ਕੇ ਕਦੇ ਰੱਬ ਨੂੰ ਮਿਹਣਾ ਨਹੀਂ ਮਾਰਿਆ, ਕਦੇ ਤਾਨਾ ਨਹੀਂ ਮਾਰਿਆ ਵੀ ਸੱਚੇ ਪਾਤਸ਼ਾਹ ਤੈਨੂੰ ਯਾਦ ਕੀਤਾ ਸੀ ਵੀ ਤੇਰੇ ਦਰਸ਼ਨ ਕਰ ਲਏ। ਥੋੜ੍ਹਾ ਆਖਿਆ ਸੀ ਵੀ ਸਾਰੇ ਸੁੱਖ ਲੈ ਲਾ ਸਾਡੇ ਤੋਂ, ਅਸੀਂ ਤੇਰੇ ਦਰਸ਼ਨ ਮੰਗੇ ਸੀ, ਅਸੀਂ ਦੁੱਖ ਨਹੀਂ ਸੀ ਮੰਗੇ, ਪਰ ਕਦੇ ਮਿਹਣਾ ਨਹੀਂ ਮਾਰਿਆ। ਖਾਲਸਾ ਜੀ, ਜਿਹੜੀ ਸਵਾਣੀ ਕਦੇ ਪਲੰਘੇ ਤੇ ਬਹਿ ਕੇ ਹੁਕਮ ਚਲਾਉਂਦੀ ਸੀ, ਜਿਹੜੀ ਸਵਾਣੀ ਨੂੰ ਇਹ ਨਹੀਂ ਸੀ ਪਤਾ ਵੀ ਚੌਂਕੇ ਦੇ ਵਿੱਚ ਜਾ ਕੇ ਦੋ ਰੋਟੀਆਂ ਵੀ ਪਕਾ ਕੇ ਖਵਾਉਣੀਆਂ ਪੈਂਦੀਆਂ ਨੇ, ਜਿਹਦਾ ਇੱਕ ਹੀ ਕੰਮ ਹੈ, ਚਾਰ ਕੁ ਸਾਲ ਦਾ ਪੁੱਤ ਉਹਦਾ ਲਾਲਾ, ਉਹ ਚਾਰ ਕੁ ਸਾਲ ਦੇ ਪੁੱਤ ਨਾਲ ਉਹਨੂੰ ਅਥਾਹ ਪਿਆਰ ਕਰਦੀ ਹੈ, ਚੋਚ ਕਰਦੀ ਹੈ, ਉਹਨੂੰ ਨਹੀਂ ਸੀ ਪਤਾ ਕਦੇ ਮੁਸੀਬਤਾਂ ਦੇ ਪਹਾੜ ਵੀ ਟੱਟ ਸਕਦੇ। ਹੁਣ ਖਾਲਸਾ ਜੀ, ਉਹ ਸਮਾਂ ਆ ਗਿਆ ਜਿਹੜਾ ਕਦੇ ਕਿਸੇ ਤੇ ਹੁਕਮ ਚਲਾਉਂਦਾ ਸੀ, ਅੱਜ ਲੱਕੜਾਂ ਵੱਢ ਕੇ ਲੋਕਾਂ ਦੇ ਘਰਾਂ ਵਿੱਚ ਛੱਡ ਕੇ ਆਉਂਦਾ ਤੇ ਚਾਰ ਆਨੇ ਘਰ ਦੇ ਵਿੱਚ ਆਉਂਦੇ। ਉਹ ਜਿਹੜੇ ਚਾਰ ਆਨੇ ਘਰ ਦੇ ਵਿੱਚ ਆਉਂਦੇ ਨੇ, ਉਹਨਾਂ ਚਾਰ ਆਨਿਆਂ ਦਾ ਜਿਹੜਾ ਰਾਸ਼ਨ ਹੁੰਦਾ ਹੈ ਉਹਦੇ ਨਾਲ ਘਰ ਦਾ ਗੁਜ਼ਾਰਾ ਹੁੰਦਾ। ਹੁਣ ਖਾਲਸਾ ਜੀ, ਸਮਾਂ ਹੋਰ ਅਗਾਂਹ ਗਿਆ, ਮੀਂਹ ਪੈਣਾ ਆਰੰਭ ਹੋ ਗਿਆ ਤੇ ਲੱਕੜਾਂ ਗਿੱਲੀਆਂ ਹੋ ਗਈਆਂ, ਲੱਕੜਾਂ ਗਿੱਲੀਆਂ ਹੋ ਗਈਆਂ, ਜਿਹੜੇ ਚਾਰ ਆਨੇ ਆਉਂਦੇ ਸੀ ਉਹ ਵੀ ਰੁਕ ਗਏ। ਹੁਣ ਉਹਦੀ ਸਵਾਣੀ ਜਿਹੜੀ ਪਲੰਘੇ ਤੇ ਬਹਿ ਕੇ ਹੁਕਮ ਚਲਾਉਂਦੀ ਸੀ ਨਾ ਖਾਲਸਾ ਜੀ, ਅੱਜ ਲੋਕਾਂ ਦੇ ਘਰਾਂ ਵਿੱਚ ਜਾ ਕੇ ਕੰਮ ਕਰਦੀ ਹੈ। ਯਾਦ ਰੱਖੋ, ਜੇ ਸੁੱਖ ਰੱਬ ਨੇ ਦਿੱਤਾ ਤੇ ਸੁੱਖ ਦਾ ਸ਼ੁਕਰਾਨਾ ਕਰੋ। ਆ ਗੁਰੂ ਨੂੰ ਛੱਡ ਕੇ ਨਹੀਂ ਜਾਣਾ, ਗੁਰੂ ਦਾ ਸ਼ੁਕਰਾਨਾ ਕਰਨਾ ਹੈ। ਜੇ ਕਦੇ ਗੁਰੂ ਸਾਨੂੰ ਛੱਡ ਕੇ ਚਲਾ ਗਿਆ ਤਾਂ ਰੁਲ ਜਾਵਾਂਗੇ। ਇਸ ਕਰਕੇ ਜਦੋਂ ਦਰਬਾਰ ਸਜਿਆ ਹੋਵੇ, ਤਖਤਾਂ ਦਾ ਮਾਲਕ ਬੈਠਾ ਹੋਵੇ, ਸ੍ਰਿਸ਼ਟੀ ਦਾ ਸੰਚਾਲਕ ਬੈਠਾ ਹੋਵੇ ਤੇ ਖਾਲਸਾ ਜੀ ਉੱਠ ਕੇ ਚਲੇ ਜਾਈਏ, ਗੱਲ ਨਹੀਂ ਬਣਦੀ। ਮੈਂ ਪਹਿਲਾਂ ਹੀ ਆਖਿਆ ਵੀ ਸਾਡਾ ਕਰਕੇ ਨਹੀਂ ਬਹਿਣਾ, ਬਹਿਣਾ ਗੁਰੂ ਦਾ ਕਰਕੇ। ਤੇ ਖਾਲਸਾ ਜੀ, ਇੱਧਰ ਐਨ ਬਿਰਤੀ ਇਕਾਗਰ ਕਰੋ, ਜਿਹੜੀ ਸਵਾਣੀ ਪਲੰਘੀਆਂ ਤੇ ਬਹਿ ਕੇ ਹੁਕਮ ਚਲਾਉਂਦੀ ਸੀ ਨਾ, ਅੱਜ ਲੋਕਾਂ ਦੇ ਘਰਾਂ 'ਚ ਜਾ ਕੇ ਭਾਂਡੇ ਮਾਂਜਦੀ ਹੈ ਤੇ ਕੌਲੀ ਆਟਾ ਲੈ ਕੇ ਆਉਂਦੀ ਹੈ। ਉਹ ਕੌਲੀ ਆਟੇ ਨਾਲ ਜਿਹੜੀ ਰੋਟੀ ਤਿਆਰ ਹੁੰਦੀ ਹੈ, ਤਿੰਨੇ ਜਾਣੇ ਛਕ ਲੈਂਦੇ ਨੇ, ਸੇਠ ਜਗਤਾ ਤੇ ਉਹਦੀ ਘਰਵਾਲੀ ਤੇ ਉਹਦਾ ਚਾਰ ਸਾਲ ਦਾ ਪੁੱਤ ਲਾਲਾ। ਮਾਪੇ ਆਪਣੇ ਧੀਆਂ ਪੁੱਤਰਾਂ ਵਾਸਤੇ ਦਿਨ ਰਾਤ ਮਿਹਨਤ ਕਰਦੇ ਨੇ, ਮਾਪੇ ਆਪ ਮਾੜਾ ਪਾ ਸਕਦੇ ਪਰ ਆਪਣੀ ਔਲਾਦ ਨੂੰ ਕਦੇ ਮਾੜਾ ਨਹੀਂ ਪਾਉਂਦੇ, ਮਾਪੇ ਆਪ ਭੁੱਖੇ ਰਹਿ ਸਕਦੇ ਪਰ ਕਦੇ ਆਪਣੀ ਔਲਾਦ ਨੂੰ ਭੁੱਖਿਆ ਨਹੀਂ ਰਹਿਣ ਦਿੰਦੇ, ਉਹ ਪੂਰੇ ਸੰਸਾਰ ਦੀਆਂ ਖੁਸ਼ੀਆਂ ਆਪਣੀ ਔਲਾਦ ਦੀ ਝੋਲੀ ਵਿੱਚ ਪਾ ਦਿੰਦੇ। ਹੁਣ ਖਾਲਸਾ ਜੀ, ਆ ਦੂਸਰਾ ਪਰਚਾ ਪੈਣ ਲੱਗਾ, ਮੀਂਹ ਪੈਣ ਦੇ ਕਾਰਨ ਲੱਕੜਾਂ ਵੀ ਗਿੱਲੀਆਂ ਹੋ ਗਈਆਂ,
ਤੇ ਸੇਠ ਜਗਦੇ ਦੀ ਘਰ ਵਾਲੀ ਅੱਜ ਬਿਮਾਰ ਹੋ ਕੇ ਮੰਜੇ ਤੇ ਪੈ ਗਈ, ਜਿਹੜੀ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਕੌਲੀ ਆਟਾ ਲੈ ਕੇ ਆਉਂਦੀ ਸੀ। ਹੁਣ ਅਨਾਜ ਦਾ ਇੱਕ ਵੀ ਦਾਣਾ ਘਰ ਵਿੱਚ ਨਹੀਂ ਖਾ ਸਕਦਾ ਤੇ ਰੱਬ ਨੂੰ ਮਿਹਣਾ ਨਹੀਂ, ਰੱਬ ਨੂੰ ਤਾਨਾ ਨਹੀਂ। ਪਿੱਤੇ ਨੂੰ ਯਾਦ ਕੀਤਾ ਸੀ ਤੇ ਆਹ ਦੋਖੇ ਆ ਗਏ, ਇਹ ਮਿਹਣਾ ਨਹੀਂ। ਖਾਲਸਾ ਜੀ, ਇੱਕ ਨਹੀਂ ਦੋ ਨਹੀਂ ਤਿੰਨ ਦਿਨ ਹੋ ਗਏ ਨੇ ਤੇ ਮਹਾ ਪਾਣੀ ਦਾ ਘੁੱਟ ਦੇ ਕੇ ਆਪਣੇ ਪੁੱਤ ਨੂੰ ਛਾਤੀ ਨਾਲ ਲਾ ਕੇ ਪਤਾ ਕੀ ਕਹਿੰਦੀ ਹੈ? ਕਹਿੰਦੀ, ਸੋਹਣਿਆ ਜਦੋਂ ਸੱਚੇ ਨੂੰ ਮਿਲਣਾ ਹੋਵੇ ਨਾ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਪੁੱਤ। ਤੇਰਾ ਬਾਪੂ ਕਹਿੰਦਾ ਕਿ ਨਾਨਕ ਸ਼ਾਹ ਫਕੀਰ ਦਾ ਦਰਸ਼ਨ ਕਰਨੇ ਨੇ ਤੇ ਨਾਨਕ ਸ਼ਾਹ ਫਕੀਰ ਨੂੰ ਮਨਾਉਣ ਵਾਸਤੇ ਵੇ ਪੁੱਤ ਦੋ ਤਿੰਨ ਦਿਨ ਕੀ ਕਈ ਵਾਰ ਲੰਮਾ ਸਮਾਂ ਵੀ ਪ੍ਰਸ਼ਾਦਾ ਤਿਆਗਣਾ ਪੈ ਸਕਦਾ ਹੈ। ਤੇ ਚਾਰ ਸਾਲ ਦਾ ਪੁੱਤ ਲਾਲਾ ਮੁਸਕਰਾਉਂਦਾ ਹੈ, ਸਾਡੇ ਘਰਾਂ 'ਚ ਵੀ ਚਾਰ ਸਾਲ ਦੇ ਪੁੱਤ ਨੇ ਕਿੰਨਾ ਕੁ ਇੰਨੀ ਮੁਸੀਬਤ ਦਾ ਸਾਹਮਣਾ ਕਰ ਸਕਦੇ ਨੇ? ਦੋ ਮਿੰਟ ਕਦੇ ਪੱਖਾ ਬੰਦ ਹੋ ਜਾਵੇ ਤੇ ਵਕਤ ਪੈ ਜਾਂਦਾ, ਮੁਸੀਬਤ ਦਾ ਸਾਹਮਣਾ ਕਿੱਥੋਂ ਕਰ ਸਕਦੇ ਨੇ? ਕਿਉਂਕਿ ਆਪਾਂ ਉਹਨਾਂ ਨੂੰ ਨਿਖਾਰਿਆ ਨਹੀਂ, ਆਪਾਂ ਉਹਨਾਂ ਨੂੰ ਘੜਿਆ ਨਹੀਂ, ਆਪਾਂ ਉਹਨਾਂ ਨੂੰ ਸੰਘਰਸ਼ ਦੇ ਕਾਬਲ ਤਿਆਰ ਹੀ ਨਹੀਂ ਕੀਤਾ। ਅਸੀਂ ਉਹਨੂੰ ਜੇ ਸੰਘਰਸ਼ ਦੇ ਕਾਬਲ ਤਿਆਰ ਕਰਦੇ ਤੇ ਉਹਨਾਂ ਨੂੰ ਪਤਾ ਹੁੰਦਾ ਮੁਸੀਬਤ ਕੀ ਹੈ। ਇਹ ਮਾਂ ਦੇ ਹਿੱਸੇ ਵਿੱਚ ਹੈ ਕਿ ਆਪਣੇ ਪੁੱਤ ਨੂੰ ਬਣਾਉਣਾ ਕਿਹੋ ਜਿਹਾ। ਮਾਂ ਚਾਹੇ ਤਾਂ ਬੱਬਰ ਸ਼ੇਰ ਨੂੰ ਕੈਦ ਬਣਾ ਦਿੰਦੀ ਹੈ, ਮਾਂ ਚਾਹੇ ਤਾਂ ਕੈਦ ਦੇ ਹੱਥ ਵਿੱਚ ਦੇਖ ਦੇ ਕੇ ਕਹਿੰਦੀ ਪੁੱਤਰਾ ਸਿਰ ਵੱਢ ਕੇ ਮੁੜੀ, ਨਹੀਂ ਤੇ ਮੈਂ ਤੈਨੂੰ ਆਪਣਾ ਦੁੱਧ ਨਹੀਂ ਬਖਸ਼ਾਂਗੀ, ਮੈਂ ਨਹੀਂ ਆਖਾਂਗੀ ਕਿ ਤੂੰ ਮੇਰਾ ਪੁੱਤਰ ਹੈ। ਸਿਰ ਵੱਢ ਕੇ ਮੁੜੇਗਾ ਤਾਂ ਤੈਨੂੰ ਮੈਂ ਆਖਾਂਗੀ ਗਰਭ ਨਾਲ ਕਿ ਤੂੰ ਮੇਰੀ ਕੁੱਖ 'ਚੋਂ ਪੈਦਾ ਹੋਇਆ, ਤੇ ਕੈਦ ਬੰਦਾ ਵੀ ਮਰਦ ਬਣ ਜਾਂਦਾ। ਤੇ ਮਾਂ ਚਾਹੇ ਤੇ ਬੱਬਰ ਸ਼ੇਰ ਨੂੰ ਵੀ ਕਹਿੰਦੀ ਨਾ ਪੋਤੇ, ਆਪਾਂ ਥੋੜਾ ਲੜਨ ਵਾਸਤੇ, ਆਪਾਂ ਤੇ ਖਾਣ ਪੀਣ ਵਾਸਤੇ ਪੈਦਾ ਹੋਇਆ। ਇਹ ਮਾਂ ਦੇ ਹਿੱਸੇ ਵਿੱਚ ਹੈ। ਮਾਂ ਚਾਹੇ ਚੋਰ ਬਣਾ ਲਵੇ, ਮਾਂ ਚਾਹੇ ਸਾਧ ਬਣਾ ਲਵੇ, ਇਹ ਮਾਂ ਦੇ ਹਿੱਸੇ ਵਿੱਚ ਹੈ। ਹੁਣ ਖਾਲਸਾ ਜੀ, ਮਾਂ ਨੇ ਤੇ ਇਹ ਗੱਲਾਂ ਆਖੀਆਂ ਵੀ ਜਦੋਂ ਕਿ ਸੱਚੇ ਨੂੰ ਮਿਲਣਾ ਹੋਵੇ ਤੇ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਪੁੱਤ ਦੇ ਵੀ ਵਾਰੇ ਤੇ ਬਲਹਾਰੇ ਜਾਈਏ, ਮੱਥੇ ਤੇ ਵੱਟ ਕੋਈ ਨਹੀਂ। ਫਿਰ ਜੀਆਂ ਦੀ ਸੁਭਾਹੇ, ਉਹ ਜੀਆਂ ਦਾ ਖਿਆਲ ਵੀ ਆਪ ਹੀ ਰੱਖਦਾ। ਹੁਣ ਖਾਲਸਾ ਜੀ, ਮੀਂਹ ਵੀ ਹਟ ਗਿਆ, ਲੱਕੜਾਂ ਵੀ ਗਿੱਲੀਆਂ, ਲੱਕੜਾਂ ਹੁਣ ਜੱਕਦਮ ਥੋੜਾ ਸੁੱਕ ਜਾਣੀਆਂ ਸੀ। ਇੱਕ ਢੰਡੋਰ 'ਚ ਹੀ ਢੰਡੋਰਾ ਪਿੱਟਦਾ, ਕਹਿੰਦਾ ਨਗਰ ਨਿਵਾਸੀਓ, ਨਾਲੇ ਪੰਗਤ ਹੈ ਤੇ ਨਾਲੇ ਸੰਗਤ ਹੈ। ਕੰਨਾਂ ਵਿੱਚ ਆਵਾਜ਼ ਪਈ ਨਾ ਜਦੋਂ ਜਗਤੇ ਸੇਠ ਦੀ ਘਰਵਾਲੀ ਦੇ ਆਪਣੇ ਪੁੱਤ ਲਾਲੇ ਨੂੰ, ਪਤਾ ਕੀ ਕਹਿੰਦੀ? ਕਹਿੰਦੀ ਮੈਂ ਤੈਨੂੰ ਆਖਿਆ ਸੀ ਨਾ ਵੇ ਪੁੱਤ, ਸੱਚੇ ਨੂੰ ਮਿਲਣ ਵਾਸਤੇ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਸੱਚੇ ਦੇ ਨਾਲ ਜੇ ਜੁੜ ਜਾਈਏ ਤੇ ਸੱਚਾ ਫਿਰ ਪਿੱਠ ਤੇ ਆਪ ਹੱਥ ਰੱਖ ਦਿੰਦਾ ਹੈ, ਉਹ ਆਪ ਕੰਨ ਤੇ ਹੱਥ ਰੱਖ ਕੇ ਆਪਣੇ ਕੰਮ ਆਪ ਕਰਾਉਂਦਾ ਹੈ। ਤੇ ਪੁੱਤ ਮੈਂ ਤੈਨੂੰ ਆਖਿਆ ਸੀ, ਜਿਸ ਸੱਚੇ ਪਾਤਸ਼ਾਹ ਨੂੰ ਅਸੀਂ ਯਾਦ ਕਰਦੇ ਉਹ ਸੰਸਾਰ ਦਾ ਮਾਲਕ ਹੈ, ਉਹ ਸੰਸਾਰ ਨੂੰ ਰਿਜ਼ਕ ਦਿੰਦਾ ਤੇ ਸਾਨੂੰ ਕਿਵੇਂ ਭੁੱਖੇ ਰੱਖ ਸਕਦਾ ਹੈ? ਹੁਣ ਖਾਲਸਾ ਜੀ, ਇੱਧਰ ਨਾ ਸੰਗਤ ਕੀਤੀ ਤੇ ਸੰਗਤ ਤੋਂ ਬਾਅਦ ਪੰਗਤ ਕੀਤੀ ਤੇ ਰਸਤੇ ਵਿੱਚ ਤੁਰੇ ਆ ਰਹੇ, ਐਨ ਬਿਰਤੀਆਂ ਇਕਾਗਰ ਰੱਖਿਓ ਵੀ ਅਰਦਾਸ ਕਹਿੰਦੇ ਕਿਵੇਂ, ਰਸਤੇ ਵਿੱਚ ਤੁਰੇ ਆ ਰਹੇ ਨੇ ਤੇ ਸੇਠ ਜਗਤੇ ਦੀ ਘਰ ਵਾਲੀ ਕਹਿੰਦੀ ਸਵਾਮੀ ਜੀ, ਤੁਸੀਂ ਕਹਿੰਦੇ ਸੀ ਵੀ ਭਗੀ ਰੱਥ ਜੀ ਕਿਆ ਕਰਦੇ ਸੀ ਤੁਹਾਨੂੰ ਵੀ ਗੁਰੂ ਨਾਨਕ ਦੇਵ ਸੱਚਾ ਪਾਤਸ਼ਾਹ ਗਰੀਬਾਂ ਦਾ ਯਾਰ ਹੈ, ਉਹ ਮੁਸੀਬਤ ਵਿੱਚੋਂ ਕੱਢਣ ਵਾਸਤੇ ਸੰਸਾਰ ਤੇ ਆਇਆ ਹੈ ਤੇ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕੀਤਾ ਹੋਇਆ ਅਰਦਾਸਾਂ ਵਿਅਰਥ ਨਹੀਂ ਜਾਂਦਾ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਅਰਦਾਸਾਂ ਪ੍ਰਵਾਨ ਕਰ ਲੈਂਦੇ ਨੇ। ਕਹਿੰਦੀ ਸਵਾਮੀ ਜੀ, ਤੁਸੀਂ ਅਰਦਾਸ ਕਰੋ ਨਾ ਸੱਚੇ ਪਾਤਸ਼ਾਹ, ਜੇ ਸਾਡੇ ਤੋਂ ਭੁੱਲ ਹੋ ਗਈ ਹੈ ਤੇ ਕਿਰਪਾ ਕਰਕੇ ਸਾਨੂੰ ਬਖਸ਼ ਲਓ,
ਆ ਦੁੱਖਾਂ ਤੋਂ ਮੁਕਤੀ ਦੇ ਦਿਓ, ਇਹ ਦੁੱਖ ਹੋਰ ਨਹੀਂ ਚਰੇ ਜਾਂਦੇ। ਸੱਚੇ ਪਾਤਸ਼ਾਹ ਅਸੀਂ ਆਪ ਤੇ ਮੁਸੀਬਤਾਂ ਦਾ ਸਾਹਮਣਾ ਕਰ ਸਕਦੇ, ਪਰ 4 ਸਾਲ ਦਾ ਪੁੱਤ ਲਾਲਾ ਅੱਖਾਂ ਦੇ ਸਾਹਮਣੇ ਭੁੱਖਾ ਨਹੀਂ ਵੇਖਿਆ ਜਾਂਦਾ। ਅਰਦਾਸ ਕਰੋ, ਸੇਠ ਜਗਤੇ ਦੀਆਂ ਧਾਹਾਂ ਨਿਕਲ ਗਈਆਂ, ਗਲ ਭਰਿਆ, ਅੱਖਾਂ ਤ੍ਰਿਪ ਤ੍ਰਿਪ ਵਹਿੰਦੀਆਂ ਪਈਆਂ। ਕਹਿੰਦਾ ਭੋਲੀਏ, ਉਹ ਦਿਨ ਕਿਹੜਾ, ਉਹ ਵੇਲਾ ਕਿਹੜਾ, ਉਹ ਘੜੀ ਕਿਹੜੀ, ਉਹ ਸਵਾਸ ਕਿਹੜਾ, ਜਦੋਂ ਮੈਂ ਸੱਚੇ ਸਾਹਿਬ ਨੂੰ ਯਾਦ ਨਾ ਕਰਦਾ ਹੋਵਾਂ। ਪਰ ਕੀ ਕਰਾਂ, ਅਜੇ ਮੇਰੀ ਅਰਦਾਸ ਵਿੱਚ ਉਹ ਬਲ ਨਹੀਂ ਹੈ, ਉਹ ਰਹਿਮਤ ਨਹੀਂ ਹੈ, ਉਹ ਸ਼ਕਤੀ ਨਹੀਂ ਹੈ ਕਿ ਮੇਰਾ ਸੱਚਾ ਸਾਹਿਬ ਇੱਥੇ ਚੱਲ ਕੇ ਆ ਜਾਵੇ ਅਤੇ ਦੁੱਖਾਂ ਤੋਂ ਛੁਟਕਾਰਾ ਕਰਾ ਦੇਵੇ। 4 ਸਾਲ ਦਾ ਪੁੱਤ ਲਾਲਾ ਨਾ ਆਪਣੀ ਮਾਂ ਦਾ ਹੱਥ ਛਡਾ ਕੇ ਅਗਲ ਵਾਂਢੀ ਭੱਜ ਕੇ ਆਖਣ ਲੱਗਾ, ਕਹਿੰਦਾ ਮਾਂ ਤੂੰ ਕਹਿੰਦੀ ਹੈ ਨਾ ਵੀ ਉਹ ਅਕਾਲ ਪੁਰਖ ਬੱਚਿਆਂ ਵਿੱਚ ਵੱਸਦਾ ਰੱਬ। ਮਾਂ ਜੇ ਤੁਹਾਡੀ ਅਰਦਾਸ ਕੀਤੀਆਂ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਨਹੀਂ ਆ ਰਹੇ, ਜੇ ਤੁਹਾਡਾ ਹੁਕਮ ਹੋਵੇ ਤੇ ਮੈਂ ਅਰਦਾਸ ਕਰਕੇ ਵੇਖਾਂ, ਸ਼ਾਇਦ ਮੇਰੀ ਅਰਦਾਸ ਪ੍ਰਵਾਨ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆ ਜਾਣ। ਮਾਂ ਨੇ ਭਰੇ ਹੋਏ ਗਲੇ ਨਾਲ ਨਾ ਆਖਿਆ, ਕਹਿੰਦੀ ਵੇ ਸੋਹਣਿਆ ਵੇ ਤੂੰ ਅਰਦਾਸ ਕਰ, ਸ਼ਾਇਦ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਵੇ ਸੋਹਣਿਆ ਲਾਲਾ ਵੇ ਤੇਰੀ ਅਰਦਾਸ ਪ੍ਰਵਾਨ ਕਰਕੇ ਆ ਜਾਣ। ਲੋ ਖਾਲਸਾ ਜੀ, ਲਾਲਾ ਅਰਦਾਸ ਕਰਦਾ, ਅਰਦਾਸਾਂ ਆਪਾਂ ਵੀ ਰੋਜ਼ ਹੀ ਕਰਦੇ ਹਾਂ ਪਰ ਸਾਡੀ ਪ੍ਰਵਾਨ ਨਹੀਂ ਹੁੰਦੀ ਕਿਉਂਕਿ ਦਿਲ ਦੀ ਤਾਰ ਨਹੀਂ ਜੁੜਦੀ। ਲਾਲਾ ਅਰਦਾਸ ਕਰਦਾ, ਕਹਿੰਦਾ ਸੱਚੇ ਪਾਤਸ਼ਾਹ ਨਾ ਰਾਜ ਚਾਹੀਦਾ, ਨਾ ਭਾਗ ਚਾਹੀਦਾ, ਨਾ ਤਖ਼ਤ ਚਾਹੀਦਾ, ਨਾ ਤਾਜ ਚਾਹੀਦਾ, ਨਾ ਨੌਕਰ ਚਾਹੀਦੇ, ਨਾ ਚਾਕਰ ਚਾਹੀਦੇ ਸੱਚੇ ਪਾਤਸ਼ਾਹ, ਨਾ ਸੰਸਾਰ ਦੇ ਸੁੱਖ ਚਾਹੀਦੇ, ਨਾ ਲੰਮੀ ਆਯੂ ਚਾਹੀਦੀ ਹੈ, ਨਾ ਤੰਦਰੁਸਤੀ ਚਾਹੀਦੀ, ਬਸ ਸੱਚੇ ਪਾਤਸ਼ਾਹ 2 ਟਾਈਮ ਦਾ ਪ੍ਰਸ਼ਾਦਾ ਤੇ ਤੁਹਾਡੇ ਦਰਸ਼ਨ ਚਾਹੀਦੇ। ਇੱਧਰ ਏਮਨਾਬਾਦ ਦੀ ਧਰਤੀ ਉੱਤੇ ਮੇਰੇ ਸੱਚੇ ਸਾਹਿਬ ਸ਼੍ਰੀ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਤੇ ਭਾਈ ਮਰਦਾਨਾ ਜੀ ਕੀਰਤਨ ਕਰਦੇ ਪਏ ਨੇ। ਕੀਰਤਨ ਕਰਦਿਆਂ ਕਰਦਿਆਂ ਨਾ ਇੱਧਰ ਸ਼ਬਦ ਦੀ ਸਮਾਪਤੀ ਹੁੰਦੀ ਹੈ, ਇੱਧਰ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਦੀ ਅੱਖ ਦੇ ਵਿੱਚੋਂ ਤ੍ਰਿਪ ਤ੍ਰਿਪ ਕਰਕੇ ਹੰਝੂ ਵਹਿ ਤੁਰੇ ਨੇ। ਭਾਈ ਮਰਦਾਨਾ ਆਖਣ ਲੱਗਾ, ਕਹਿੰਦਾ ਸੱਚੇ ਪਾਤਸ਼ਾਹ ਤੁਸੀਂ ਤੇ ਸੰਸਾਰ ਦੇ ਹੰਝੂ ਪੂੰਝਣ ਵਾਲੇ ਹੋ, ਆ ਤੁਹਾਡੀਆਂ ਅੱਖਾਂ ਦੇ ਵਿੱਚ ਹੰਝੂ, ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਮੇਰਾ ਦੇ ਘਰ ਵਿੱਚ ਆ ਕੇ ਭਾਈ ਮਰਦਾਨੇ ਨੂੰ ਸਿੱਖੀ ਦੇ ਬਾਬਤ ਵੀ ਸਿੱਖ ਕਹਿੰਦੇ ਕਿਹਨੂੰ ਹੈ, ਅਸਲੀ ਸਿੱਖੀ ਦਾ ਘਰ ਕਿੱਥੇ ਹੈ, ਆ ਤੈਨੂੰ ਦਰਸ਼ਨ ਕਰਾਈਏ 2 ਸ਼ਬਦ। ਕਹਿੰਦੇ ਸਤਿਗੁਰ ਮੀਰ ਜੀ ਸੁਣੋ ਬਾਤ ਹਮਾਰੀ, 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 ਘਰ ਸਿੱਖੀ ਦਾ ਵੇਖਣਾ ਤਾਂ ਕਰੋ ਤਿਆਰੀ, ਘਰ ਸਿੱਖੀ ਦਾ ਵੇਖਣਾ ਤਾਂ ਕਰੋ ਤਿਆਰੀ, ਘਰ ਸਿੱਖੀ ਦਾ ਵੇਖਣਾ ਤਾਂ ਕਰੋ ਤਿਆਰੀ, ਘਰ ਸਿੱਖੀ ਦਾ ਵੇਖਣਾ ਤਾਂ ਕਰੋ ਤਿਆਰੀ।
ਜਿੱਥੇ ਨਾਨਕ ਦਾ ਦਿਲ ਧੜਕਦਾ ਹੈ ਨਦਰ ਨਿਹਾਰੀ, 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 ਨੇਤੀ ਅੰਮ੍ਰਿਤ ਤਾਰਾ ਮਿਲੇ ਨਾਮ ਖੁਮਾਰੀ, ਤੇ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਹੱਸ ਕੇ ਆਖਣਗੇ, ਕਹਿੰਦੇ ਹਾਂ ਮਰਦਾਨਿਆਂ
ਸੰਸਾਰ ਦੇ ਉੱਤੇ ਕਿਸੇ ਨੇ ਰਾਜ ਭਾਗ ਮੰਗਿਆ, ਕਿਸੇ ਨੇ ਲੰਮੀ ਆਜੂ ਮੰਗੀ, ਕਿਸੇ ਨੇ ਤੰਦਰੁਸਤੀ ਮੰਗੀ। ਮਰਦਾਨਾ ਆਖਣ ਕਹਿੰਦਾ ਸੱਚੇ ਪਾਤਸ਼ਾਹ ਫਿਰ ਇਹਨੇ ਕੀ ਮੰਗਿਆ? ਸੱਚੇ ਪਾਤਸ਼ਾਹ ਕਹਿੰਦੇ ਇਹਨੇ ਹੋਰ ਕੁਝ ਨੀ ਮੰਗਿਆ, ਬਸ ਦੋ ਟਾਈਮ ਦਾ ਪ੍ਰਸ਼ਾਦਾ ਤੇ ਦਰਸ਼ਨ ਮੰਗੇ। ਇਹ ਦਰਸ਼ਨਾਂ ਨੂੰ ਰੋਚਦਾ, ਇਹਦੇ ਪਿਆਰ ਦੀਆਂ ਤੰਦਾਂ ਇੰਨੀਆਂ ਮਜ਼ਬੂਤ ਨੇ। ਮਰਦਾਨਿਆਂ ਹੁਣ ਚੈਨ ਨਹੀਂ ਆ ਰਿਹਾ ਇੱਥੇ ਇੱਕ ਪਲ ਵੀ, ਚੱਲ ਛੇਤੀ ਕਰ ਤਿਆਰੀ ਕਰਕੇ ਆਪਾਂ ਚੱਲੀ। ਜਦੋਂ ਇਹ ਬਚਨ ਕੀਤਾ ਤੇ ਭਾਈ ਮਰਦਾਨਾ ਆਖਣ ਲੱਗਾ ਕਹਿੰਦਾ ਸੱਚੇ ਪਾਤਸ਼ਾਹ ਆ ਏਮਨਾਬਾਦ ਵਿੱਚ ਜਿਹੜੇ ਵਸਣ ਵਾਲੇ ਲੋਕ ਸੀ ਨਾ, ਇਹ ਸੱਚੇ ਪਾਤਸ਼ਾਹ ਅਰਦਾਸਾਂ ਲੰਮੇ ਸਮੇਂ ਤੋਂ ਕਰਦੇ ਸੀ ਤੇ ਆਪ ਜੀ ਨੇ ਬਚਨ ਕੀਤਾ ਸੀ ਵੀ ਲੰਮਾ ਸਮਾਂ ਏਮਨਾਬਾਦ ਦੀ ਧਰਤੀ ਤੇ ਰੁਕਣਾ ਤੇ ਮਰਜ ਹੁਣ ਏਦੀ ਛੇਤੀ ਚਾਲਾ ਮਾਰ ਦੇਣਾ। ਸਤਿਗੁਰੂ ਕਹਿੰਦੇ ਇੱਥੇ ਤੇ ਫਿਰ ਵੀ ਦੁਬਾਰਾ ਆ ਸਕਦੇ, ਪਰ ਉੱਥੇ ਜਿਹੜਾ ਬਾਲ ਅਰਦਾਸੇ ਕਰਦਾ ਨਾ ਉਹਦੀ ਉਮਰ ਤੇ ਛੋਟੀ ਹੈ, ਪਰ ਗਿਆਨ ਬੜਾ ਵੱਡਾ ਹਾਸਲ ਕਰ ਲਿਆ ਜੋ ਅੱਜ ਤੱਕ ਕੋਈ ਨਹੀਂ ਮੰਗ ਸਕਿਆ, ਉਸ ਮਾਂ ਦੇ ਪੁੱਤ ਨੇ ਮੰਗ ਲਿਆ। ਸੱਚੇ ਪਾਤਸ਼ਾਹ ਕਹਿੰਦੇ ਇੱਥੇ ਫਿਰ ਆ ਜਾਵਾਂਗੇ, ਪਰ ਮਰਦਾਨਿਆਂ ਹੁਣ ਗੱਲਾਂ ਦਾ ਟਾਈਮ ਨਹੀਂ, ਤਿਆਰੀ ਕਰ। ਅਸਾਮ ਜਾਣ ਵਾਸਤੇ ਤਿਆਰ ਹੁੰਦੇ ਤੇ ਏਮਨਾਬਾਦ ਦੇ ਲੋਕ ਨਾ ਹੱਥ ਜੋੜ ਕੇ ਖੜ ਗਏ, ਕਹਿੰਦੇ ਸੱਚੇ ਪਾਤਸ਼ਾਹ ਤੁਹਾਡੇ ਚਰਨ ਪੈਣ ਦੇ ਨਾਲ ਇਹ ਧਰਤੀ ਤਰ ਗਈ ਹੈ, ਤੁਸੀਂ ਇੱਥੇ ਚਰਨ ਪਾਏ, ਸਤਿਗੁਰੂ ਭਾਗ ਲੱਗ ਗਏ ਤੇ ਸਤਿਗੁਰੂ ਤੁਸੀਂ ਚਲੇ ਜਾਓਗੇ, ਇਹ ਧਰਤੀ ਫਿਰ ਉੱਜੜ ਜਾਵੇਗੀ, ਵਿਰਾਨ ਹੋ ਜਾਵੇਗੀ। ਸੱਚੇ ਪਾਤਸ਼ਾਹ ਕਹਿੰਦੇ ਅਸੀਂ ਫਿਰ ਆਵਾਂਗੇ। ਖਾਲਸਾ ਜੀ ਇੱਕ ਬਚਨ ਕਰਨ ਲੱਗਾ, ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਕੋਈ ਮਖਮਲੀ ਸੇਜਾਂ ਤੇ ਨਹੀਂ, ਰੋੜਾਂ ਦੀ ਸੇਜ ਵਿਛਾ ਕੇ ਬੈਠੇ ਸੀ। ਰੋੜਾਂ ਦੀ ਸੇਜ ਤੇ ਬਹਿਣ ਦਾ ਮਕਸਦ ਕੀ ਸੀ? ਆਪਣੀ ਔਲਾਦ ਨੂੰ ਦੱਸਣਾ ਵੀ ਰਾਜ ਭਾਗ ਪੁੱਤ ਤਾਂ ਹੀ ਕਾਇਮ ਕਰ ਸਕਦੇ ਹੈ ਜੇ ਅਸੀਂ ਸੂਲਾਂ ਦੇ ਮੂੰਹ ਭੰਨਣੇ ਜਾਣਦੇ ਹੋਈਏ, ਅਸੀਂ ਸੂਲਾਂ ਦੀ ਸੇਜ ਬਣਾ ਕੇ ਸੌਣਾ ਸਿੱਖ ਲਈਏ, ਅਸੀਂ ਰੋੜਾਂ ਤੇ ਸੌਣਾ ਸਿੱਖ ਲਈਏ। ਇਹ ਰੋੜਾਂ ਦੀ ਜਿਹੜੀ ਸੇਜ ਬਣਾ ਕੇ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਬੈਠੇ ਸੀ, ਖਾਲਸਾ ਜੀ ਆ ਪੈਰ ਪੈਰ ਤੇ ਸਿੱਖਾਂ ਨੇ ਵੱਡੀਆਂ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕੀਤਾ, ਪ੍ਰਤਾਪ ਕਿਹਦਾ ਸੀ, ਇਹ ਤੇਜ ਕਿਹਦਾ ਸੀ? ਇਹ ਤੇਜ ਤੇ ਪ੍ਰਤਾਪ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਦਾ ਹੀ ਹੈ। ਪੰਜਵੇਂ ਰੂਪ ਦੇ ਵਿੱਚ ਐਵੇਂ ਤੱਤੀ ਲੋ ਤੇ ਆਸਣ ਨਹੀਂ ਲੱਗ ਗਿਆ, ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਪੈਰ ਪੈਰ ਤੇ ਸਮਝਾਇਆ, ਪੈਰ ਪੈਰ ਤੇ ਸਾਨੂੰ ਜਗਾਇਆ। ਪਰ ਬਦਕਿਸਮਤੀ ਸਾਡੀ ਇਹ ਹੈ ਵੀ ਚੰਦ ਕੁ ਦਿਨ ਸਾਡੇ ਕੰਨਾਂ 'ਚ ਆਵਾਜ਼ ਗੂੰਜਦੀ ਹੈ, ਫਿਰ ਬੰਦ ਹੋ ਜਾਂਦੇ ਨੇ। ਪਰ ਜੇ ਅਰਦਾਸ ਇੱਦਾਂ ਕਰੋਗੇ ਜਿਵੇਂ ਆ ਬਾਲ ਨੇ ਅਰਦਾਸ ਕੀਤੀ ਹੈ, 4 ਸਾਲ ਦੇ ਪੁੱਤ ਨੇ ਅਰਦਾਸ ਕੀਤੀ ਹੈ, ਉਹ ਮਾਂ ਦੀ ਕਿੰਨੀ ਬਿਰਤੀ ਹੋਵੇ ਕਿਸੇ ਨੇ ਆਪਣੇ ਪੁੱਤ ਨੂੰ ਇੰਨਾ ਕਾਬਿਲ ਬਣਾ ਲਿਆ ਵੀ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਕਿੱਥੇ ਏਮਨਾਬਾਦ ਹੈ ਤੇ ਕਿੱਥੇ ਅਸਾਮ ਦੀ ਧਰਤੀ ਹੈ, ਅਸੀਂ ਇੱਥੇ ਆ ਕੇ ਵੀ ਅਰਦਾਸਾਂ ਕਰਦੇ ਹਾਂ ਫਿਰ ਵੀ ਰੱਬ ਨੂੰ ਮਿਹਣਾ ਮਾਰਦੇ ਵੀ ਸੱਚੇ ਪਾਤਸ਼ਾਹ ਅਰਦਾਸ ਤੇ ਪੂਰੀ ਨਹੀਂ ਹੁੰਦੀ, ਅਸੀਂ ਤਾਂ ਪਿਛਲੀ ਵਾਰ ਵੀ 11,000 ਦਿੱਤਾ ਸੀ, ਆ ਹੁਣ ਫਿਰ 21,000 ਦੇ ਚੱਲੇ ਹਾਂ, ਸਾਡੀ ਅਰਦਾਸ ਤੇ ਪ੍ਰਵਾਨ ਹੀ ਨਹੀਂ ਹੋਈ। ਪਰ ਯਾਦ ਰੱਖੋ ਹਰ ਇੱਕ ਚੀਜ਼ ਦਾ ਸਮਾਂ ਤੈਅ ਕੀਤਾ ਹੋਇਆ ਹੈ, ਜੇ ਜਿੱਤ ਦਾ ਸਮਾਂ ਤੈਅ ਤੇ ਹਾਰ ਦਾ ਵੀ ਸਮਾਂ ਤੈਅ ਕੀਤਾ ਹੋਇਆ, ਜੇ ਸੱਚੇ ਪਾਤਸ਼ਾਹ ਨੇ ਦੁੱਖ ਸਾਡੇ ਮੁਕੱਦਰਾਂ ਵਿੱਚ ਲਿਖੇ ਨੇ ਤਾਂ ਸੁੱਖ ਵੀ ਤੈਅ ਕੀਤਾ ਹੋਇਆ। ਇਹ ਤੇ ਬੰਦੇ ਦੇ ਸਾਹਮਣੇ ਸਵਾਲ ਦੋ ਨੇ। ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਕਹਿੰਦੇ ਚੰਗਿਆਈਆਂ ਬੁਰਿਆਈਆਂ, ਵਾਚਾ ਧਰਮ ਅਧੂਰ, ਕਰਮ ਵੀ ਆਪੋ ਆਪਣੀ ਕੇ ਨੇੜੇ, ਭਾਵ ਸੱਚੇ ਪਾਤਸ਼ਾਹ ਕਹਿੰਦੇ ਪੁੱਤ ਇੱਕ ਚੰਗਿਆਈ ਦਾ ਰਸਤਾ ਤੇ ਇੱਕ ਬੁਰਿਆਈ ਦਾ, ਤੇ ਮਹਾਂਪੁਰਖ ਬੈਠੇ ਨੇ ਇਹਨਾਂ ਕੋਲ ਗਿਆਨ ਬਹੁਤ ਵੱਡਾ, ਮੇਰੇ ਕੋਲ ਬਹੁਤ ਛੋਟਾ ਗਿਆਨ। ਅਸੀਂ ਲੋਕ ਬਰਿਆਈ ਵਾਲੇ ਪਾਸੇ ਨੂੰ ਭੱਜਦੇ ਹਾਂ, ਭਾਵ ਬਰਿਆਈ ਵਾਲੇ ਪਾਸੇ ਸੰਸਾਰੀ ਸੁਵਿਧਾ ਸਾਰੀਆਂ ਸਾਡੇ ਕੋਲ ਨੇ, ਸੰਸਾਰੀ ਚਮਕ ਬੜੀ ਹੈ, ਅਸੀਂ ਚਮਕਦੇ ਮਗਰ ਭੱਜਦੇ ਖਾਲਸਾ ਜੀ, ਪਰ ਇਹ ਨਹੀਂ ਪਤਾ ਵੀ ਚਮਕਦੇ ਮਗਰ ਭੱਜਦੇ ਭੱਜਦੇ ਹਨੇਰਿਆਂ ਵਿੱਚ ਇੱਕ ਦਿਨ ਅਸੀਂ ਗੁੰਮ ਹੋ ਜਾਣਾ। ਪਰ ਇੱਧਰ ਚੰਗੀਆਂ ਆਈਆਂ
ਚੰਗਿਆਈਆਂ ਖਾਲਸਾ ਜੀ ਭਾਵ ਪੈਰ ਪੈਰ ਤੇ ਮੁਸੀਬਤਾਂ, ਪੈਰ ਪੈਰ ਦੇ ਉੱਤੇ ਸੁੱਤਿਆਂ ਨੂੰ ਜਗਾਉਣਾ, ਇਹ ਉਹਨਾਂ ਦੇ ਹਿੱਸੇ ਵਿੱਚ ਹੀ ਆਇਆ ਜਿਹੜੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਭਾਵ ਸਰੀਰ ਵਿੱਚ ਸੀ ਤਾਂ ਵੀ ਸੰਸਾਰ ਦੇ ਲੋਕ ਕਹਿੰਦੇ ਸੀ ਵੀ ਇਹੋ ਜਿਹਾ ਮਹਾਂਪੁਰਖ ਜਿਹਦੇ ਸ਼ਬਦਾਂ ਤੇ ਆਪ ਅਕਾਲ ਪੁਰਖ ਵਰਤਦਾ ਹੋਵੇ, ਏਦਾਂ ਦਾ ਮਹਾਂਪੁਰਖ ਇੱਕ ਵਾਰੀ ਅਰਦਾਸ ਕਰ ਦੇਵੇ ਤੇ ਝੋਲੀ ਭਰ ਜਾਵੇ, ਏਦਾਂ ਦਾ ਮਹਾਂਪੁਰਖ ਵੀ ਅਸੀਂ ਤੇ ਰੋਂਦੇ ਕਰਲਾਉਂਦੇ ਆਏ ਸੀ, ਥਾਪੜਾ ਦਿੱਤਾ ਤੇ ਖੁਸ਼ੀਆਂ ਝੋਲੀ ਵਿੱਚ ਪਾ ਦਿੱਤੀਆਂ, ਉਹਨੂੰ ਕਿਹਾ ਜਾਂਦਾ ਵਡਿਆਈਆਂ। ਜਾਣ ਤੋਂ ਬਾਅਦ ਵੀ ਤੇ ਹੁੰਦੀਆਂ ਵੀ। ਹੁਣ ਖਾਲਸਾ ਜੀ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਤਿਆਰੀ ਕਰਦੇ, ਏਮਨਾਬਾਦ ਦੇ ਲੋਕ ਤਰਲੇ ਕਰਦੇ, ਨਹੀਂ ਸੱਚੇ ਪਾਤਸ਼ਾਹ ਕੁਝ ਘੜੀਆਂ ਕੁਝ ਪਲ ਰੁਕ ਜਾਓ। ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਤੇ ਘਰ ਖੜਨਾ ਹੋਵੇ ਨਾ ਤੇ ਆਂਢ ਗਵਾਂਢ ਦੇ ਵਿੱਚ ਜੇ ਕਿਤੇ ਬਣਦੀ ਨਾ ਹੋਵੇ, ਉਦਾਂ ਭਾਵੇਂ ਗਲੀ ਰੋਜ਼ ਸਾਫ ਕਰੇ, ਪਰ ਜਿੱਦਣ ਗਵਾਂਢੀ ਨੇ ਘਰ ਪਾਠ ਕਰਾਉਣਾ ਹੋਵੇ ਨਾ ਖਾਲਸਾ ਜੀ, ਉਧਰ ਗੰਦ ਪਾ ਕੇ ਰੱਖਣਗੇ ਰਾਹ ਦੇ ਵਿੱਚੋਂ ਵੀ ਇਹਦੇ ਘਰ ਜਾਣਾ, ਮੇਰੇ ਘਰ ਥੋੜ੍ਹਾ ਆਉਣਾ। ਇੱਥੇ ਨਹੀਂ ਇਹ ਗੱਲਾਂ ਪਰਵਾਰ, ਇੱਥੇ ਗੁਰੂ ਦਾ ਸਤਿਕਾਰ ਕਾਇਮ ਹੋਣਾ ਚਾਹੀਦਾ ਤੇ ਗੁਰੂ ਦੇ ਸਤਿਕਾਰ ਵਾਸਤੇ ਪੈਰ ਪੈਰ ਤੇ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਨੇ। ਇਹਨਾਂ ਨੇ ਸਿਰ ਆਰੇ ਨੂੰ ਦੇ ਕੇ, ਆਰੇ ਦੇ ਦੰਦਿਆਂ ਨੂੰ ਵੀ ਕਹਿੰਦੇ ਖੁੰਡਾ ਤਿੱਖਾ ਕਾਰੇ ਨੂੰ, ਇੱਥੇ ਉਹ ਸਿੱਖ ਪ੍ਰਵਾਨ ਹੋਏ, ਇੱਥੇ ਉਹ ਸਿੱਖ ਹਾਜ਼ਰੀਆਂ ਲਵਾਉਂਦੇ ਨੇ ਖਾਲਸਾ ਜੀ। ਇੱਧਰ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਕਹਿੰਦੇ ਸੰਗਤ ਜੀ ਆਵਾਂਗੇ ਪਰ ਹੁਣ ਨਾ ਰੁਕੋ। ਭਾਈ ਮਰਦਾਨੇ ਨੂੰ ਨਾਲ ਲਿਆ, ਅਸਾਮ ਦੀ ਧਰਤੀ ਤੇ ਕੂਚ ਕਰ ਦਿੱਤਾ। ਅਸਾਮ ਦੇ ਰੇਤਲੇ ਟਿੱਬਿਆਂ ਨੂੰ ਚੀਰਦੇ ਚੀਰਦੇ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਨਾਲ ਜਦੋਂ ਜੰਗਲ ਬੇਲਿਆਂ ਵਿੱਚ ਪਹੁੰਚੇ, ਜੰਗਲ ਬੇਲਿਆਂ ਵਿੱਚ ਪਹੁੰਚ ਕੇ ਆਖਣ ਲੱਗੇ, ਕਹਿੰਦੇ ਮਰਦਾਨਿਆ ਉਹ ਸੱਚੇ ਦੀ ਸਿਫਤ ਗਾਈਏ, ਆਹ ਵੱਡੇ ਦੀ ਵਡਿਆਈ ਕਰੀਏ ਜਿਹਨੇ ਸੰਸਾਰ ਤੇ ਭੇਜਿਆ, ਸੁੱਤਿਆਂ ਨੂੰ ਜਗਾਉਣਾ ਸਾਡਾ ਕੰਮ ਹੈ। ਯਾਦ ਰੱਖੋ ਕੁੱਕਰ ਉਸ ਕੁੱਕਰ ਦਾ ਫਾਇਦਾ ਹੈ ਜਿਹੜਾ ਆਪਣੇ ਮਾਲਕ ਦੇ ਘਰ ਦੀ ਰਾਖੀ ਕਰਦਾ, ਤੇ ਰਾਗੀਆਂ ਨੂੰ ਢਾਡੀਆਂ ਨੂੰ ਪ੍ਰਚਾਰਕਾਂ ਨੂੰ ਖਾਲਸਾ ਜੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਘਰ ਦੇ ਕੁੱਕਰ ਨੇ, ਤੇ ਕੁੱਕਰ ਦਾ ਕੰਮ ਹੈ ਕੂਕਣਾ, ਤੇ ਖਾਲਸਾ ਜੀ ਸਾਡੇ ਮਾਲਕ ਤੁਸੀਂ ਹੋ, ਜੇ ਤੁਸੀਂ ਸੁੱਤੇ ਹੋ ਤੁਹਾਨੂੰ ਕੋਈ ਲੁੱਟ ਕੇ ਖੜਦਾ ਪਿਆ ਤੇ ਸਾਡਾ ਕੰਮ ਹੈ ਕੂਕ ਕੇ ਤੁਹਾਨੂੰ ਜਗਾਉਣਾ, ਤੇ ਜੇ ਤੁਹਾਨੂੰ ਲੁੱਟ ਕੇ ਸਾਰਾ ਕੋਈ ਲੁੱਟ ਪੁੱਟ ਕੇ ਲੈ ਜਾਵੇ ਤੇ ਅਸੀਂ ਰਮਾਨ ਨਾਲ ਸੁੱਤੇ ਪਈਏ, ਪਰ ਇਹੋ ਜਿਹੇ ਕੂਕਰਾਂ ਦੀ ਲੋੜ ਵੀ ਕੋਈ ਨਹੀਂ। ਹੁਣ ਖਾਲਸਾ ਜੀ ਇੱਧਰ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਕਹਿੰਦੇ ਆ ਵੱਡੇ ਦੀ ਵਡਿਆਈ ਕਰ ਲਈ। ਭਾਈ ਮਰਦਾਨਾ ਆਖਣਗਾ ਕਹਿੰਦਾ ਸੱਚੇ ਪਾਤਸ਼ਾਹ ਮੂੰਹ ਛੋਟਾ ਤੇ ਗੱਲ ਵੱਡੀ ਹੈ। ਪਾਤਸ਼ਾਹ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ। ਸਤਿਗੁਰੂ ਕਹਿੰਦੇ ਬੋਲ। ਕਹਿੰਦਾ ਸੱਚੇ ਪਾਤਸ਼ਾਹ ਜੇ ਤੁਹਾਡੀ ਕਿਰਪਾ ਹੋਵੇ, ਜੇ ਤੁਹਾਡੀ ਰਹਿਮਤ ਹੋਵੇ ਤੇ ਸੱਚੇ ਪਾਤਸ਼ਾਹ ਇੱਥੇ ਤੇ ਪੜਾਅ ਕਰਨਾ ਹੀ ਕਰਨਾ, ਥੋੜਾ ਜਿਹਾ ਪੜਾਅ ਕਿਤੇ ਅੱਗੇ ਨਾ ਕਰ ਲਈਏ। ਸਤਿਗੁਰੂ ਆਖਣ ਲੱਗੇ ਕਹਿੰਦੇ ਮਰਦਾਨਿਆ ਇਹ ਕਿਉਂ ਆਖਿਆ ਵੀ ਅੱਗੇ ਪੜਾਅ ਕਰੀਏ, ਅੱਗੇ ਜਾ ਕੇ ਆਸਣ ਲਾਈਏ? ਕਹਿੰਦਾ ਸਤਿਗੁਰੂ ਜਿਹੜੇ ਇੱਥੇ ਅਸਾਮ ਵਿੱਚ ਵਸਣ ਵਾਲੇ ਨੇ ਨਾ ਕਈ ਨਿਭਾਗੇ, ਜੇ ਕਿਤੇ ਤੁਹਾਡੀ ਕਿਰਪਾ ਹੋ ਜਾਵੇ ਕਿਤੇ ਆਸਣ ਥੋੜ੍ਹਾ ਜਿਹਾ ਅੱਗੇ ਲਾ ਲਈਏ ਨਾ, ਉਹਨਾਂ ਦੇ ਕੰਨਾਂ ਵਿੱਚ ਵੀ ਆਵਾਜ਼ ਪਵੇ, ਮੈਲੇ ਹੋਏ ਹਿਰਦੇ ਉੱਜਲ ਹੋ ਜਾਣਗੇ, ਸੱਚੇ ਪਾਤਸ਼ਾਹ ਸੁੱਤੇ ਹੋਏ ਜਾਗ ਜਾਣਗੇ। ਤੇ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਆਖਣ ਲੱਗੇ ਕਹਿੰਦੇ ਓਏ ਭੋਲਿਆ, ਇਹ ਇਲਾਹੀ ਬਾਣੀ ਹੈ, ਇਹ ਅਕਾਲ ਦੀ ਬਾਣੀ ਹੈ, ਜਿਹਨਾਂ ਦੇ ਚਿੱਤ ਵਿੱਚ ਹੋਇਆ ਚਾਹ ਸੱਜਣ ਨੂੰ ਮਿਲਣ ਦਾ, ਜਿਹਨਾਂ ਨੂੰ ਹੋਈ ਭੁੱਖ ਬਾਣੀ ਦੀ, ਜਿਹਨਾਂ ਨੂੰ ਹੋਈ ਪਿਆਸ ਧੁਨਾਂ ਦੀ, ਉਹਨਾਂ ਨੂੰ ਆਵਾਜ਼ਾਂ ਮਾਰਨ ਦੀ ਲੋੜ ਨਹੀਂ, ਉਹ ਆਪ ਚੱਲ ਕੇ ਆਉਣਗੇ। ਤੇ ਅੱਜ ਬਾਬਾ ਅੰਮ੍ਰਿਤ ਵੇਲੇ ਆਵਾਜ਼ਾਂ ਮਾਰਦਾ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਬਾਬਾ ਆਵਾਜ਼ਾਂ ਮਾਰਦਾ ਤੇ ਸਰਾਣੇ ਦੋਹਰੇ ਕਰ ਕਰਕੇ ਲੈਂਦੇ, ਕਦੇ ਕੰਨਾਂ 'ਚ ਆਵਾਜ਼ ਨਾ ਪੈ ਜਾਵੇ ਬਾਬਾ ਕਹਿੰਦਾ ਕੀ। ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਕਹਿੰਦੇ ਜਿਹਨਾਂ ਨੂੰ ਲੋੜ ਹੋਈ ਆਪੇ ਚੱਲ ਕੇ ਆ ਜਾਣਗੇ। ਅਸਾਮ ਵਿੱਚ ਵਸਣ ਵਾਲੇ ਲੋਕ ਇੱਕ ਤੋਂ ਦੋ, ਦੋ ਤੋਂ ਚਾਰ, ਚਾਰ ਤੋਂ ਅੱਠ, ਅੱਠਾਂ ਤੋਂ ਦਸ ਤੇ ਕਈ ਹਜ਼ਾਰ ਸੌਵਾਂ ਵਿੱਚ ਗਿਣਤੀ ਬਣ ਗਈ। ਅਸਾਮ ਸ਼ਹਿਰ ਸਾਰਾ ਵਿਹਲਾ ਹੋ ਗਿਆ,
ਤੇ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਇਧਰ ਸ਼ਬਦ ਦੀ ਸੰਪੂਰਨਤਾ ਹੀ ਹੋਈ ਹੈ। ਇਹਨਾਂ ਵਿੱਚ ਬੈਠਾ ਸੇਠ ਜਗਤਾ ਜਿਹੜਾ ਅੱਜ ਗਰੀਬ ਹੈ ਤੇ ਪਾਟੇ ਦੇ ਕੱਪੜੇ ਪਾਏ, ਜਿਵੇਂ ਬਾਬਾ ਜੀ ਨੇ ਆਖਿਆ ਨਾ ਵੀ ਅਸੀਂ ਕੱਪੜਿਆਂ ਤੋਂ ਅੰਦਾਜ਼ਾ ਲਾਉਂਦੇ, ਅਸੀਂ ਅੰਦਰ ਦੀ ਤਾਕਤ ਨੂੰ ਪਹਿਚਾਨਣ ਵਾਸਤੇ ਪਹਿਲਾਂ ਕਹਿੰਦੇ ਵੀ ਇਹਦੇ ਕੱਪੜੇ ਚਿੱਟੇ ਹੋਣੇ ਚਾਹੀਦੇ, ਕੱਪੜਾ ਕਿਤੇ ਮੈਲਾ ਨਾ ਪਾਇਆ ਹੋਵੇ। ਪਰ ਯਾਦ ਰੱਖੋ ਇੱਥੇ ਕੱਪੜਿਆਂ ਦੀ ਗੱਲ ਨਹੀਂ, ਇੱਥੇ ਸੁੱਚਮਕੀ ਦੀ ਗੱਲ ਕੀਤੀ। ਸੁੱਚਮਕੀ ਇਹ ਸ਼ਬਦ ਪੁੱਤਰ ਹੈ, ਪੂਰਨ ਤੂੰ ਪਰਮਾਤਮਾ ਸਰਬ ਤੇਰਾ ਹੈ ਖੇਲ, ਰੋਮ ਰੋਮ ਮੇ ਰਚ ਰਹੇ ਹੋ ਜੈਸੇ ਤੇਲ ਔਰ ਮੇਲ। ਪੂਰਨ ਤੇ ਕੇਵਲ ਪਰਮਾਤਮਾ ਹੈ, ਸੰਸਾਰ ਦੇ ਉੱਤੇ ਕੋਈ ਦਾਅਵਾ ਨਹੀਂ ਕਰ ਸਕਦਾ ਵੀ ਸਾਰੀਆਂ ਚੀਜ਼ਾਂ ਸੁੱਚੀਆਂ ਨੇ, ਸੁੱਚਾ ਕੇਵਲ ਪਰਮਾਤਮਾ ਦਾ ਨਾਮ। ਹੁਣ ਇੱਧਰ ਜਿਹੜੀ ਸੁਵਾਣੀ ਸਿਰ ਦੇ ਮਹਿੰਗੇ ਤੋਂ ਮਹਿੰਗੇ ਸਾਲੂ ਲੈਂਦੀ ਸੀ, ਅੱਜ ਮੈਲਾ ਜਿਹਾ ਕੱਪੜਾ ਹੈ ਖਾਲਸਾ ਜੀ ਸਿਰ ਦੇ ਉੱਤੇ ਲਿਆ ਤੇ ਉਹ ਵੀ ਟੁੱਕ ਲੱਗੇ ਹੋਏ, ਜਿਹੜੇ ਬਾਲ ਵਾਸਤੇ ਹਜ਼ਾਰਾਂ ਸੁੱਖ ਸੀ ਅੱਜ ਗੰਦੇ ਜਿਹੇ ਕੱਪੜੇ ਪਾਏ ਨੇ। ਤੇ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਨਾ ਨੇਤਰ ਬੰਦ ਕਰਦੇ ਤੇ ਕਦੇ ਖੋਲਦੇ ਨੇ, ਭਾਈ ਮਰਦਾਨਾ ਜੀ ਬੈਠੇ ਲੱਗੇ ਤੇ ਸੇਠ ਜਗਦਾ ਨਾ ਕਦਮ ਨੱਪਦਾ ਨੱਪਦਾ ਅਗਾਂਹ ਨੂੰ ਹੋਇਆ ਤੇ ਆਖਣ ਲੱਗਾ, ਕਹਿੰਦਾ ਕਹਿੰਦਾ ਮਹਾਂਪੁਰਖੋ ਆ ਕਿਰਪਾ ਕਰਕੇ ਦੱਸੋ ਨਾ ਇਹ ਕੌਣ ਬ੍ਰਹਮ ਗਿਆਨੀ ਨੇ ਜਿਨ੍ਹਾਂ ਦੇ ਚਿਹਰੇ ਦਾ ਤੇਜ ਝੱਲਿਆ ਨਹੀਂ ਜਾ ਰਿਹਾ, ਇਹ ਕੌਣ ਨੇ? ਭਾਈ ਮਰਦਾਨੇ ਦੇ ਜਵਾਬ ਦਿੱਤਾ ਨਾ ਤੇ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਆਪ ਬੋਲੇ, ਕਹਿੰਦੇ ਉਹ ਸੇਠਾ ਓਏ ਰੋਜ਼ ਅਰਦਾਸਾਂ ਕਰਦਾ ਸੀ ਦਰਸ਼ਨ ਦਿਓ ਦਰਸ਼ਨ ਦਿਓ, ਓਏ ਹੁਣ ਆ ਗਏ ਤੇਰੇ ਕੋਲ ਤੇ ਹੁਣ ਪਛਾਣਦਾ ਵੀ ਨਹੀਂ। ਨੇਤਰ ਭਰ ਗਏ, ਕਹਿੰਦਾ ਸੱਚੇ ਪਾਤਸ਼ਾਹ ਮੇਰੀ ਅਰਦਾਸ ਪ੍ਰਵਾਨ ਕਰਕੇ ਇੱਥੇ ਚੱਲ ਕੇ ਆਏ? ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਕਹਿੰਦੇ ਨਾ ਤੇਰੀ ਅਰਦਾਸ ਨਹੀਂ ਪ੍ਰਵਾਨ ਕੀਤੀ, ਸੱਚੇ ਪਾਤਸ਼ਾਹ ਮੈਂ ਤਾਂ ਰੋਜ਼ ਅਰਦਾਸਾਂ ਕਰਦਾ ਸੀ, ਫਿਰ ਕਿਹਦੀ ਅਰਦਾਸ ਪ੍ਰਵਾਨ ਕਰਕੇ ਇੱਥੇ ਆਏ ਹੋ? ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਆਖ ਕੇ ਕਹਿੰਦੇ ਤੇਰੇ ਪੁੱਤ ਦੀ ਅਰਦਾਸ ਪ੍ਰਵਾਨ ਕਰਕੇ ਇੱਥੇ ਆਏ ਆ। ਕੋ ਸਤਨਾਮ, 4 ਸਾਲ ਦੇ ਪੁੱਤ ਲਾਲੇ ਨੂੰ ਆਵਾਜ਼ ਮਾਰ ਕੇ ਨਾ ਆਪਣੀ ਗੋਦ 'ਚ ਬਿਠਾ ਕੇ ਸੱਚੇ ਪਾਤਸ਼ਾਹ ਸਿੱਖੀ ਦੀ ਦਾਤ ਬਖਸ਼ਦੇ ਨੇ, ਸੰਸਾਰੀ ਸੁੱਖ ਬਖਸ਼ਿਸ਼ ਕਰਦੇ, ਸਿਰ ਤੇ ਹੱਥ ਫੇਰਦੇ ਨੇ। ਜਦੋਂ ਆਹ ਬਚਨ ਕੀਤਾ ਤੇ ਸੇਠ ਜਗਤਾ ਧਾਹ ਮਾਰ ਕੇ ਆਖਣ ਲੱਗਾ, ਕਹਿੰਦਾ ਸੱਚੇ ਪਾਤਸ਼ਾਹ ਜਦੋਂ ਤੇਰੇ ਚਰਨਾਂ ਦੀ ਪ੍ਰੀਤ ਲੋਚਨੀ ਤੇ ਸੱਚੇ ਪਾਤਸ਼ਾਹ ਪਰਚੇ ਵੱਡੇ ਪਾ ਦਿੱਤੇ, ਮੈਂ ਅਲਭਗ ਸੀ ਭੋਲਾ ਸੀ, ਸੱਚੇ ਪਾਤਸ਼ਾਹ ਜੋ ਕੁਛ ਸੀ ਤੇਰਾ ਸੀ ਤੈਨੂੰ ਫਿਰ ਸੌਂਪ ਦਿੱਤਾ। ਹੁਣ ਸੱਚੇ ਪਾਤਸ਼ਾਹ ਤੇਰੀ ਮਰਜ਼ੀ ਹੈ ਸੁੱਖ ਦੇਵੇ, ਤੇਰੀ ਮਰਜ਼ੀ ਦੁੱਖ ਹੈ, ਪਰ ਸੱਚੇ ਪਾਤਸ਼ਾਹ ਇੱਕ ਅਰਦਾਸ ਹੈ ਆਪਣੇ ਚਰਨਾਂ ਤੋਂ ਕਦੇ ਦੂਰ ਨਾ ਕਰੀ ਤੇ ਕਦੇ ਭਰੋਸਾ ਮੇਰਾ ਟੁੱਟੇ ਨਾ। ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਕਹਿੰਦੇ ਕਰਤਾਰ ਭਲੀ ਕਰੀ, ਤੁਰਨ ਲੱਗੇ ਤੇ ਜਗਤਾ ਭੁੱਲ ਗਿਆ ਵੀ ਘਰ ਤੇ ਅਨਾਜ ਦਾ ਇੱਕ ਦਾਣਾ ਵੀ ਨਹੀਂ ਹੈ, ਤੁਰਨ ਲੱਗਾ ਤੇ ਆਖਣ ਲੱਗਾ, ਕਹਿੰਦਾ ਸੱਚੇ ਪਾਤਸ਼ਾਹ ਜੇ ਕਿਤੇ ਕੁੱਲੀ ਵਿੱਚ ਭਾਗ ਲੱਗ ਜਾਣੇ ਨੇ ਜੇ ਤੁਹਾਡੇ ਚਰਨ ਪੈ ਜਾਣ, ਸੱਚੇ ਪਾਤਸ਼ਾਹ ਕੱਲ ਦਾ ਪ੍ਰਸ਼ਾਦਾ ਨਾ ਤੁਸੀਂ ਦਾਸ ਦੇ ਘਰ ਛਕਣਾ। ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਹੱਸ ਕੇ ਆਖੋਗੇ, ਕਹਿੰਦੇ ਹਾਂ ਸੇਠ ਜੀ ਅਸੀਂ ਕੱਲ ਦਾ ਪ੍ਰਸ਼ਾਦਾ ਤੇਰੇ ਘਰ ਛਕਾਂ। ਜਦੋਂ ਇਹ ਬਚਨ ਕੀਤਾ ਕਹਿ ਕੇ ਤੁਰ ਪਏ, ਰਸਤੇ ਦੇ ਵਿੱਚ ਨਾ ਸੇਠ ਜਗਤੇ ਦੀ ਘਰ ਵਾਲੀ ਆਖਣ ਲੱਗੀ, ਕਹਿੰਦੀ ਸਵਾਮੀ ਜੀ ਲੱਕੜਾਂ ਗਿੱਲੀਆਂ ਨੇ, ਕਈ ਦਿਨਾਂ ਤੋਂ ਤੁਹਾਡਾ ਵਪਾਰ ਘਾਟੇ ਵਿੱਚ ਚੱਲਦਾ ਪਿਆ, 4 ਆਨੇ ਘਰ ਚ ਆਉਂਦੇ ਸੀ ਜਿਹਦੇ ਨਾਲ ਗੁਜ਼ਾਰਾ ਹੁੰਦਾ ਸੀ, ਹੁਣ ਤੇ ਪੈਸਾ ਕੋਈ ਆ ਨਹੀਂ ਰਿਹਾ। ਮੈਂ ਲੋਕਾਂ ਦੇ ਘਰਾਂ ਵਿੱਚ ਜਾ ਕੇ ਕੰਮ ਕਰਦੀ ਸੀ, ਕੌਲੀ ਆਟਾ ਲੈ ਕੇ ਆਉਂਦੀ ਸੀ, ਇੱਕ ਪ੍ਰਸ਼ਾਦਾ ਤਿਆਰ ਹੁੰਦਾ ਸੀ, ਤਿੰਨੇ ਜਾਣੇ ਗੁਜ਼ਾਰਾ ਕਰਦੇ ਸੀ। ਕਈ ਦਿਨਾਂ ਤੋਂ ਮੈਂ ਵੀ ਬਿਮਾਰ ਹਾਂ, ਮੈਂ ਕਿਸੇ ਦੇ ਘਰ ਨਹੀਂ ਜਾ ਸਕੀ ਤੇ ਘਰ ਵਿੱਚ ਇੱਕ ਵੀ ਅਨਾਜ ਦਾ ਦਾਣਾ ਨਹੀਂ। ਤੁਸੀਂ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਦਾ ਪ੍ਰਸ਼ਾਦਾ ਘਰ ਦੇ ਵਿੱਚ ਕਰ ਲਿਆ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਲੰਗਰ ਏਦਾਂ ਦਾ ਨਾ ਕੋਈ ਲਾ ਸਕੇ ਤੇ ਨਾ ਕੋਈ ਲਾ ਸਕੇ।
ਅੱਜ ਲੰਗਰ ਲਾਉਣਾ ਹੋਵੇ ਤਾਂ ਸਾਡੇ ਕੋਲ ਬਹੁਤ ਸੁਵਿਧਾਵਾਂ, ਪਰ ਏਦਾਂ ਦਾ ਲੰਗਰ ਨਹੀਂ ਕੋਈ ਲਾ ਸਕਦਾ। ਆ ਬਿਰਤੀ ਇਕਾਗਰ ਰੱਖਿਓ। ਕਹਿੰਦੀ ਗੁਰੂ ਨਾਨਕ ਸਾਹਿਬ ਦਾ ਪ੍ਰਸ਼ਾਦਾ ਕਿਵੇਂ ਤਿਆਰ ਕਰਨਾ? ਸੇਠ ਜਗਤਾ ਆਖਣ ਲੱਗਾ, ਕਹਿੰਦਾ ਭਗਵਾਨੇ ਜਿਹੜਾ ਸੰਸਾਰ ਦਾ ਮਾਲਕ ਇੱਥੇ ਚੱਲ ਕੇ ਆ ਗਿਆ ਪ੍ਰਸ਼ਾਦੇ ਦਾ ਪ੍ਰਬੰਧ ਤੇ ਉਹਨੇ ਆਪ ਕਰਨਾ, ਸਾਡਾ ਤੇ ਬਹਾਨਾ ਹੀ ਹੈ। ਸਾਰੀ ਰਾਤ ਨਾ ਬੈਠਾ ਰਿਹਾ, ਚੌਂਕੜਾ ਮਾਰ ਕੇ ਸਿਮਰਨ ਕਰੀ ਜਾਂਦਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਚਰਨਾਂ ਦਾ ਧਿਆਨ ਭਰੀ ਜਾਂਦਾ, ਤੇ ਨਾਲੇ ਨਾ ਵਿਰਾਗ ਵਿੱਚ ਅੱਖਾਂ ਵਿੱਚ ਉਤਰੇ ਪਤਰੇ ਹੰਝੂ ਵਹੀ ਜਾਂਦੇ ਨੇ ਵੀ ਕਿੰਨੇ ਭਾਗ ਮੇਰੇ ਜਾਗ ਜਾਣੇ ਨੇ। ਆ ਕੁੱਲੀ ਨੂੰ ਭਾਗ ਲਾਉਣ ਵਾਸਤੇ ਸੰਸਾਰ ਦਾ ਮਾਲਕ ਚੱਲ ਕੇ ਆ ਰਿਹਾ। ਲਓ ਜੀ, ਅੰਮ੍ਰਿਤ ਵੇਲਾ ਹੋਇਆ, ਇਸ਼ਨਾਨ ਕੀਤਾ ਤੇ ਆਪਣੀ ਘਰਵਾਲੀ ਨੂੰ ਆਵਾਜ਼ ਮਾਰ ਕੇ ਆਖਾਂਗਾ, ਕਹਿੰਦਾ ਭਗਵਾਨੇ ਮੈਂ ਤੈਨੂੰ ਆਖਿਆ ਸੀ ਪ੍ਰਬੰਧ ਹੋ ਜਾਵੇਗਾ ਰਾਛਣ ਦਾ। ਕਹਿੰਦੀ ਸਵਾਮੀ ਜੀ ਕਿਵੇਂ? ਕਹਿੰਦਾ ਇੱਕ ਪੋਟਲੀ ਬੰਨ, ਜਿੰਨੇ ਘਰ ਦੇ ਵਿੱਚ ਭਾਂਡੇ ਨੇ ਨਾ ਉਹ ਸਾਰੇ ਬੰਨ ਕੇ ਦੇ, ਮੈਂ ਅਸਾਮ ਦੇ ਬਾਜ਼ਾਰ ਵਿੱਚ ਭਾਂਡੇ ਵੇਚ ਕੇ ਮੈਂ ਰਸਤ ਲੈ ਕੇ ਆਵਾਂਗਾ ਤੇ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਸ਼ਾਦਾ ਤਿਆਰ ਕਰਾਂ। ਲਓ ਖਾਲਸਾ ਜੀ, ਅਸਾਮ ਦੇ ਬਾਜ਼ਾਰ ਵਿੱਚ ਗਿਆ, ਭਾਂਡੇ ਵੇਚੇ, ਰਸਤ ਲੈ ਕੇ ਆਇਆ। ਆਹ ਪਰਚਾ ਹੁਣ ਵੱਡਾ ਪੈ ਚੱਲੇ, ਇਹਦੇ ਨਾਲੋਂ ਵੱਡਾ ਪਰਚਾ ਹੋਰ ਹੋ ਹੀ ਨਹੀਂ ਸਕਦਾ। ਮਾਂ ਨੂੰ ਆਪਣੀ ਔਲਾਦ ਪਿਆਰੀ ਹੁੰਦੀ ਹੈ, ਪੁੱਤ ਨੂੰ ਆਪਣੀ ਔਲਾਦ ਪਿਆਰੀ ਹੁੰਦੀ ਹੈ। ਰਾਜ ਭਾਗ ਖੁੱਸ ਜਾਵੇ ਉਹਨਾਂ ਨੂੰ ਪਰਵਾਹ ਕੋਈ ਨਹੀਂ, ਜਾਇਦਾਦ ਨੌਕਰ ਚਾਕਰ ਚਲੇ ਜਾਣ, ਨਾ ਮਾਂ ਰੋਂਦੀ ਨਾ ਪਿਓ ਰੋਂਦਾ, ਪਰ ਔਲਾਦ ਅੱਖਾਂ ਤੋਂ ਓਹਲੇ ਹੋ ਜਾਵੇ, ਮਾਂ ਰੋ ਰੋ ਕੇ ਧਾਹਾਂ ਮਾਰ ਮਾਰ ਕੇ ਅੰਨੀ ਹੋ ਜਾਂਦੀ। ਇੱਧਰ ਘਰ ਦੇ ਵਿੱਚ ਰਸਤੇ ਆਈ ਤੇ ਸੇਠ ਜਗਤਾ ਆਪਣੀ ਘਰਵਾਲੀ ਨੂੰ ਕਹਿੰਦਾ, ਨਾਨਕ ਸ਼ਾਹ ਦਾ ਪ੍ਰਸ਼ਾਦਾ ਤਿਆਰ ਕਰਨਾ ਹੈ, ਸਿਮਰਨ ਕਰਕੇ ਪ੍ਰਸ਼ਾਦਾ ਤਿਆਰ ਕਰੀ, ਜਿਸ ਰਸਤੇ ਥਾਣੀ ਮੇਰੇ ਪਾਤਸ਼ਾਹ ਨੇ ਆਉਣਾ ਮੈਂ ਰਸਤੇ ਨੂੰ ਸੰਭਰ ਲਵਾਂ, ਮੈਂ ਉਸ ਰਸਤੇ ਨੂੰ ਸਾਫ਼ ਕਰ ਲਵਾਂ ਜਿਸ ਧਰਤੀ ਥਾਣੀ ਮੇਰੇ ਪਾਤਸ਼ਾਹ ਨੇ ਲੰਘ ਕੇ। ਆਪਣੀ ਘਰਵਾਲੀ ਨੂੰ ਰਸਤ ਦੇ ਕੇ ਆਪ ਸਫਾਈਆਂ ਕਰੀ ਜਾਂਦਾ ਹੈ ਕਿ ਇਸ ਰਸਤੇ ਥਾਣੀ ਮੇਰੇ ਪਾਤਸ਼ਾਹ ਨੇ ਆਉਣਾ ਹੈ। ਚੁੱਲ੍ਹੇ ਦੇ ਵਿੱਚ ਅੱਗ ਬਾਲੀ, ਜਿਹਦੀਆਂ ਲੱਕੜਾਂ ਕੁਝ ਕੁ ਗਿੱਲੀਆਂ ਸੀ, ਅੱਗ ਬਾਲ ਕੇ ਤੇ ਆਪ ਭਾਂਡੇ ਲੈਣ ਵਾਸਤੇ ਅੰਦਰ ਚਲੀ ਗਈ ਹੈ। 4 ਸਾਲ ਦਾ ਪੁੱਤ ਲਾਲਾ ਜਿਹੜਾ ਸੀ ਨਾ ਉਹ ਖੇਡਦਾ ਖੇਡਦਾ ਚੁੱਲ੍ਹੇ ਦੇ ਲਾਗੇ ਚਲਾ ਗਿਆ। ਜਦੋਂ ਚੁੱਲ੍ਹੇ ਦੇ ਲਾਗੇ ਗਿਆ, ਪੈਰਾਂ ਤੋਂ ਅੱਗ ਪੈ ਕੇ ਸਿਰ ਤੱਕ ਸਾਰੇ ਦਾ ਸਾਰਾ ਸੜ ਗਿਆ। ਮਾਂ ਜਦੋਂ ਭਾਂਡੇ ਲੈ ਕੇ ਬਾਹਰ ਆਈ ਤੇ ਹੱਥੋਂ ਭਾਂਡੇ ਛੁੱਟ ਗਏ, ਆਪਣੇ ਹੌਕੇ ਨੂੰ, ਆਪਣੇ ਹਾੜਿਆਂ ਨੂੰ, ਆਪਣੀਆਂ ਧਾਹਾਂ ਨੂੰ ਨੱਪ ਲਿਆ। ਕਹਿੰਦੀ ਵੇ ਲਾਲਿਆ, ਵੇ ਸੋਹਣਿਆ, ਵੇ ਜੋ ਮੈਨੂੰ ਛੱਡ ਕੇ ਜਾਣਾ ਸੀ, ਵੇ ਕੁਝ ਕੁ ਪਲ ਤੇ ਹੋਰ ਰੁਕ ਜਾਂਦਾ, ਵੇ ਗੁਰੂ ਨਾਨਕ ਸਾਹਿਬ ਨੂੰ ਘਰ ਸੱਦ ਲਿਆ ਪ੍ਰਸ਼ਾਦਾ ਤਿਆਰ ਕਰਨ ਵਾਸਤੇ, ਪ੍ਰਸ਼ਾਦਾ ਛਕਾਉਣ ਵਾਸਤੇ, ਤੇ ਆਪ ਤੂੰ ਮੈਨੂੰ ਵਿਛੋੜਾ ਦੇ ਕੇ ਚਲਾ ਚੱਲਿਆ। ਵੇ ਤੂੰ ਕਿੱਦਾਂ ਸੋਚ ਲਿਆ ਵੇ ਮਾਂ ਤੇਰੇ ਤੋਂ ਬਿਨਾਂ ਰਹਿ ਸਕਦੀ ਹੈ? ਵੇ ਬੱਚਾ ਅੱਖਾਂ ਤੋਂ ਓਹਲੇ ਹੋ ਜਾਵੇ ਤੇ ਮਾਂ ਵਿਲਕ ਵਿਲਕ ਸੰਸਾਰ ਤੋਂ ਕੂਚ ਕਰ ਜਾਂਦਾ। ਉਹ ਸੱਚੀ ਪੁੱਛੋ ਤਾਂ ਐਸੀ ਔਲਾਦ ਬਦਲੇ ਸੌ ਸੌ ਸੁਖਣਾ ਚਿੱਤ ਚ ਤਾਰਦੀ ਮਾਂ ਡੁੱਬੀ ਰਵੇ ਇਸੇ ਖਿਆਲੀ ਅੰਦਰ ਤੇ ਲੱਖ ਮਮਤਾ ਦਿਲ ਵਿੱਚ ਧਾਰਦੀ ਮਾਂ ਆਪਣੇ ਪੁੱਤ ਦੀ
ਸੜੀ ਹੋਈ ਲਾਸ਼ ਨੂੰ ਚੁੱਕ ਇੱਕ ਮੰਜੇ ਉੱਤੇ ਪਾਉਂਦੀ ਹੈ। ਸਿਰ ਦੇ ਉੱਤੇ ਜਿਹੜਾ ਪਰਨਾ ਲਿਆ ਸੀ ਅੱਧਾ ਪਾੜ ਕੇ ਨਾ ਆਪਣੇ ਪੋਤੇ ਦੀ ਲਾਸ਼ ਨੂੰ ਢੱਕ ਦਿੰਦਾ। ਲਾਸ਼ ਨੂੰ ਢੱਕ ਕੇ ਆਪ ਤੜਕੇ ਲਾਉਣ ਵਾਸਤੇ ਜਾਂਦੀ ਹੈ ਤੇ ਨਾਲੇ ਵਾਰ ਵਾਰ ਭੱਜ ਕੇ ਨਾ ਕੁੱਲੀ ਵੱਲ ਨੂੰ ਆਉਂਦੀ ਹੈ। ਆਪਣੇ ਸੜੇ ਹੋਏ ਬੱਚੇ ਦੀ ਲਾਸ਼ ਨੂੰ ਚੁੱਕ ਕੇ ਵਾਰ ਵਾਰ ਮੱਥਾ ਚੁੰਮਦੀ ਹੈ, ਕਦੇ ਗਲ ਚੁੰਮਦੀ ਹੈ, ਕਦੇ ਪੈਰ ਚੁੰਮਦੀ ਹੈ, ਕਦੇ ਹੱਥ ਚੁੰਮਦੀ ਹੈ, ਨਾਲੇ ਰੋ ਰੋ ਕੇ ਕਹਿੰਦੀ ਵੇ ਲਾਲਿਆ ਮੈਂ ਐਸੀ ਮਾਨ ਭਾਗੀ ਵੇ ਮੈਂ ਉੱਚੀ ਰੋ ਵੀ ਨਹੀਂ ਸਕਦੀ, ਕਰਲਾ ਵੀ ਨਹੀਂ ਸਕਦੀ। ਜੇ ਮੈਂ ਰੋਵਾਂਗੀ ਕਰਲਾਵਾਂਗੀ ਸੰਸਾਰ ਦੇ ਲੋਕ ਮੇੜੇ ਮਾਰਨਗੇ। ਵੀ ਜੇ ਗੁਰੂ ਨਾਨਕ ਸਾਹਿਬ ਦਾ ਪ੍ਰਸ਼ਾਦਾ ਨਹੀਂ ਸੀ ਤਿਆਰ ਕਰਨ ਜੋਗੇ ਤੇ ਆ ਢੋਂਗਤ ਨਾ ਰਚ ਦੇ ਵੇ ਪੁੱਤ ਮਾਰ ਲਿਆ। ਸੰਸਾਰ ਦੇ ਲੋਕਾਂ ਨੇ ਕਹਿਣਾ ਸੀ ਜੇ ਨਹੀਂ ਪ੍ਰਸ਼ਾਦਾ ਛਕਾਉਣ ਜੋਗੇ ਸੀ ਤੇ ਗੁਰੂ ਨਾਨਕ ਸਾਹਿਬ ਨੂੰ ਨਾ ਕਰ ਸਕਦੇ। ਵੇ ਪੁੱਤ ਚੰਦਕ ਘੜੀਆਂ ਹੋਰ ਰੁਕ ਜਾ, ਵੇ ਮਾਂ ਤੇਰੇ ਮਗਰੇ ਆਈ, ਵੇ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਨੇ ਆ ਜਾਣਾ ਏ, ਪ੍ਰਸ਼ਾਦਾ ਛਕਾ ਲਵਾਵੇ ਮਾਂ ਤੇਰੇ ਮਗਰੇ ਆ ਜਾਣਾ। ਦੋ ਘੜੀਆਂ ਵੇ ਪੁੱਤ ਰੋ ਹੋਰ ਕੱਢ ਲੈ, ਤੇਰੀ ਮਾਂ ਰੋਵੇਗੀ ਵੀ, ਕਰਲਾਵੇਗੀ ਵੀ, ਹੌਕੇ ਵੀ ਭਰੇਗੀ। ਵੇ ਪੁੱਤਰਾ ਵੇ ਦੋ ਘੜੀਆਂ ਹੋਈਆਂ। ਇੱਧਰ ਪ੍ਰਸ਼ਾਦਾ ਤਿਆਰ ਕੀਤਾ, ਗੁਰੂ ਨਾਨਕ ਸਾਹਿਬ ਆ ਗਏ, ਭਾਈ ਜਗਤੇ ਨੇ ਹੱਥ ਸੁੱਚੇ ਕਰਵਾਏ, ਗੁਰੂ ਨਾਨਕ ਸਾਹਿਬ ਬੈਠੇ ਤੇ ਗੁਰੂ ਨਾਨਕ ਸਾਹਿਬ ਨੂੰ ਸੇਠ ਜਗਦਾ ਆਖਣ ਲੱਗਾ, ਕਹਿੰਦਾ ਸੱਚੇ ਪਾਤਸ਼ਾਹ ਕਿਰਪਾ ਕਰੋ ਪ੍ਰਸ਼ਾਦਾ ਛਕੋ। ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਕਹਿੰਦੇ ਵੀ ਸੇਠਾ ਗੱਲ ਏਦਾਂ, ਜਿੱਦਣ ਸਾਨੂੰ ਪ੍ਰਸ਼ਾਦਾ ਕਹਿਣ ਵਾਸਤੇ ਗਏ ਸੀ ਨਾ, ਉਦਣ ਦੋ ਨੀ ਉਦਣ ਤਿੰਨ ਸੀ, ਉਹ ਤੀਸਰੇ ਨੂੰ ਆਵਾਜ਼ ਮਾਰ ਪ੍ਰਸ਼ਾਦਾ ਅਸੀਂ ਤਾਂ ਛਕਣਾ ਜਦੋਂ ਆਹ ਬਚਨ ਕੀਤਾ ਨਾ। ਜਗਤਾ ਤੇ ਬੋਲਿਆ, ਜਗਤਾ ਦੀ ਘਰਵਾਲੀ ਬੋਲ ਉੱਠੀ, ਕਹਿੰਦੀ ਸਤਿਗੁਰੂ ਮੇਰਾ ਪੁੱਤਰ ਹਾਣੀਆਂ ਨਾਲ ਖੇਡਣ ਵਾਸਤੇ ਗਿਆ, ਉਹਨੂੰ ਸਮਾਂ ਲੱਗ ਸਕਦਾ। ਸਤਿਗੁਰੂ ਕਹਿੰਦੇ ਧੀਏ ਜੇ ਤੇਰਾ ਪੁੱਤ ਹਾਣੀਆਂ ਨਾਲ ਖੇਡਣ ਵਾਸਤੇ ਗਿਆ ਨਾ ਤੇ ਕੋਈ ਗੱਲ ਨੀ, ਜਦੋਂ ਤੇਰਾ ਪੁੱਤ ਘਰ ਪਰਤੇਗਾ ਅਸੀਂ ਉਦੋਂ ਪ੍ਰਸ਼ਾਦਾ ਛਕ ਲਵਾਂਗੇ। ਕਹਿੰਦੀ ਸਤਿਗੁਰੂ ਜੇ ਮੇਰੇ ਪੁੱਤ ਨੂੰ ਸ਼ਾਮਾਂ ਪੈ ਗਈਆਂ? ਸਤਿਗੁਰੂ ਕਹਿੰਦੇ ਧੀਏ ਕੋਈ ਗੱਲ ਨੀ, ਪ੍ਰਸ਼ਾਦਾ ਸ਼ਾਮ ਨੂੰ ਛਕ ਲਵਾਂਗੇ। ਕਹਿੰਦੀ ਸਤਿਗੁਰੂ ਮੇਰਾ ਪੁੱਤ ਨਾ ਰਿਸ਼ਤੇਦਾਰੀ ਵਿੱਚ ਗਿਆ, ਉਹਨੇ ਕੱਲ ਨੂੰ। ਸਤਿਗੁਰੂ ਕਹਿੰਦੇ ਧੀਏ ਕੋਈ ਗੱਲ ਨੀ, ਪ੍ਰਸ਼ਾਦਾ ਕੱਲ ਨੂੰ ਛਕ ਲਵਾਂਗੇ। ਜਦੋਂ ਆਹ ਬਚਨ ਕੀਤਾ ਮਾਂ ਦੀ ਮਮਤਾ ਦਾ ਸੋਮਾ ਫੁੱਟ ਗਿਆ, ਧਾ ਮਾਰ ਕੇ ਆਖਣ ਲੱਗੀ, ਕਹਿੰਦੀ ਸੱਚੇ ਪਾਤਸ਼ਾਹ ਜੇ ਮੇਰਾ ਪੁੱਤ ਮੁੜਿਆ ਹੀ ਨਾ। ਜਦੋਂ ਆਹ ਬਚਨ ਕੀਤਾ ਨਾ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਖੜ ਕੇ ਕਹਿੰਦੇ ਧੀਏ ਜਾ ਨਾਨਕ ਤਪਾ ਤੇਰੇ ਨਾਲ ਇਸ ਗੱਲ ਦਾ ਵਾਅਦਾ ਕਰਦੇ, ਤੇਰਾ ਪੁੱਤ ਆਵੇਗਾ ਤੇ ਨਾਨਕ ਤਪਾ ਪ੍ਰਸ਼ਾਦੇ ਨੂੰ ਮੂੰਹ ਲਾਵੇਗਾ, ਨਹੀਂ ਤੇ ਅੱਜ ਤੋਂ ਬਾਅਦ ਕਦੇ ਪ੍ਰਸ਼ਾਦੇ ਨੂੰ ਮੂੰਹ ਨਹੀਂ ਲਾਵਾਂਗਾ। ਧੀਏ ਮਾਵਾਂ ਦੀ ਆਵਾਜ਼ ਵਿੱਚ ਬੜੀ ਤਾਕਤ ਹੁੰਦੀ ਹੈ, ਮਾਵਾਂ ਵਿੱਚ ਬੜਾ ਬਲ ਹੁੰਦਾ ਹੈ, ਪੱਥਰਾਂ ਨੂੰ ਮੋਮ ਕਰ ਦਿੰਦੀਆਂ ਨੇ। ਧੀਏ ਇੱਕ ਵਾਰੀ ਆਪਣੇ ਪੁੱਤ ਨੂੰ ਆਵਾਜ਼ ਤੇ ਮਾਰ, ਤੇਰੀ ਆਵਾਜ਼ ਤੇਰੇ ਪੁੱਤਰ ਦੇ ਕੰਨਾਂ ਤੱਕ ਪਹੁੰਚੇਗੀ। ਕਹਿੰਦੀ ਸਤਿਗੁਰੂ ਬੜੀਆਂ ਆਵਾਜ਼ਾਂ ਮਾਰੀਆਂ, ਮੈਂ ਆਵਾਜ਼ਾਂ ਮਾਰ ਮਾਰ ਕੇ ਹੰਬ ਗਈ, ਮੈਂ ਥੱਕ ਗਈ, ਮੇਰਾ ਪੁੱਤ ਐਸਾ ਰੁੱਸ ਗਿਆ ਮੇਰੇ ਮਨਾਉਣ ਨਾਲ, ਮੰਨਦਾ ਨਹੀਂ ਸੱਚੇ ਪਾਤਸ਼ਾਹ, ਮੇਰੀਆਂ ਆਵਾਜ਼ਾਂ ਉਹਦੇ ਕੰਨਾਂ ਤੱਕ ਨਹੀਂ ਪਹੁੰਚਦੀਆਂ, ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ ਆਪ ਆਵਾਜ਼ ਮਾਰ ਕੇ ਲਾਲੇ ਨੂੰ ਬੁਲਾ ਲਓ। Oh,
ਆਵਾਜ਼ ਮਾਰ ਕੇ ਬੁਲਾ ਲੋ ਸੱਚੇ ਪਾਤਸ਼ਾਹ, ਗੂੜੀ ਨੀਂਦ ਪੁੱਤ ਸੌ ਗਿਆ। ਆਵਾਜ਼ ਮਾਰ ਕੇ ਬੁਲਾ ਲੋ ਸੱਚੇ ਪਾਤਸ਼ਾਹ, ਗੂੜੀ ਨੀਂਦ ਪੁੱਤ ਸੌ ਗਿਆ। ਆਵਾਜ਼ ਮਾਰ ਕੇ ਬੁਲਾ ਲੋ ਸੱਚੇ ਪਾਤਸ਼ਾਹ, ਗੂੜੀ ਨੀਂਦ ਪੁੱਤ ਸੌ ਗਿਆ। ਥੱਕਾ ਟੁੱਟਾ ਰਾਹੀ ਸਿੱਖੀ ਸਿੱਧਕ ਦੇ ਰਾਵਾਂ ਦਾ, ਲਾ ਕੇ ਸਰਣ ਸੁੱਤਾ ਮੌਤ ਦੀਆਂ ਭਾਵਾਂ ਦਾ। ਥੱਕਾ ਟੁੱਟਾ ਰਾਹੀ ਸਿੱਖੀ ਸਿੱਧਕ ਦੇ ਰਾਵਾਂ ਦਾ, ਲਾ ਕੇ ਸਰਣ ਸੁੱਤਾ ਮੌਤ ਦੀਆਂ ਭਾਵਾਂ ਦਾ। ਤੁਸੀਂ ਟੁੰਬ ਕੇ ਜਗਾ ਲੋ ਸੱਚੇ ਪਾਤਸ਼ਾਹ, ਟੁੰਬ ਕੇ ਜਗਾ ਲੋ ਸੱਚੇ ਪਾਤਸ਼ਾਹ, ਗੂੜੀ ਨੀਂਦ ਪੁੱਤ ਸੌ ਗਿਆ। ਆਵਾਜ਼ ਮਾਰ ਕੇ ਬੁਲਾ ਲੋ ਸੱਚੇ ਪਾਤਸ਼ਾਹ, ਗੂੜੀ ਨੀਂਦ ਪੁੱਤ ਸੌ ਗਿਆ। ਆਵਾਜ਼ ਮਾਰ ਕੇ ਬੁਲਾ ਲੋ ਸੱਚੇ ਪਾਤਸ਼ਾਹ, ਗੂੜੀ ਨੀਂਦ ਪੁੱਤ ਸੌ ਗਿਆ। ਜਾਗੇ ਨਾ ਜਗਾਇਆ ਅਸੀਂ ਤੱਕ ਕੇ ਉਠਾਲ ਕੇ, ਮਮਤਾ ਦੇ ਹੰਝੂਆਂ ਚ ਮੁਖੜਾ ਨਵਾਲ ਕੇ। ਜਾਗੇ ਨਾ ਜਗਾਇਆ ਅਸੀਂ ਥੱਕ ਕੇ ਉਠਾਲ ਕੇ, ਮਮਤਾ ਦੇ ਹੰਝੂਆਂ ਚ ਮੁਖੜਾ ਨਿਵਾਲ ਕੇ। ਬੋਲ ਸਤ ਸਮਝਾ ਲੋ ਸੱਚੇ ਪਾਤਸ਼ਾਹ, ਸਤ ਸਮਝਾ ਲੋ ਸੱਚੇ ਪਾਤਸ਼ਾਹ, ਗੂੜੀ ਨੀਂਦ ਪੁੱਤ ਸੌ ਗਿਆ। ਆਵਾਜ਼ ਮਾਰ ਕੇ ਬੁਲਾ ਲੋ ਸੱਚੇ ਪਾਤਸ਼ਾਹ, ਗੂੜੀ ਨੀਂਦ ਪੁੱਤ ਸੌ ਗਿਆ। ਆਵਾਜ਼ ਮਾਰ ਕੇ ਬੁਲਾ ਲੋ ਸੱਚੇ ਪਾਤਸ਼ਾਹ, ਗੂੜੀ ਨੀਂਦ ਪੁੱਤ ਸੌ ਗਿਆ। ਤਨ ਮਨ ਤਨ ਸਭ ਵਾਰਿਆ, ਨਾਮਿਓ ਦਲਾਲ ਅੱਜ ਸਫਲ ਵਿਚਾਰਿਆ। ਸੇਵਾ ਲਿਖ ਤਨ ਮਨ ਤਨ ਸਭ ਵਾਰਿਆ, ਨਾਮਿਓ ਦਲਾਲ ਅੱਜ ਸਫਲ ਵਿਚਾਰਿਆ। ਘੁੱਟ ਸੀਨੇ ਨਾਲ ਲਾ ਲੋ ਸੱਚੇ ਪਾਤਸ਼ਾਹ, ਸੀਨੇ ਨਾਲ ਲਾ ਲੋ ਸੱਚੇ ਪਾਤਸ਼ਾਹ, ਗੂੜੀ ਨੀਂਦ ਪੁੱਤ ਸੌ ਗਿਆ। ਆਵਾਜ਼ ਮਾਰ ਕੇ ਬੁਲਾ ਲੋ ਸੱਚੇ ਪਾਤਸ਼ਾਹ, ਗੂੜੀ ਨੀਂਦ ਪੁੱਤ ਸੌ ਗਿਆ। ਆਵਾਜ਼ ਮਾਰ ਕੇ ਬੁਲਾ ਲੋ ਸੱਚੇ ਪਾਤਸ਼ਾਹ, ਗੂੜੀ ਨੀਂਦ ਪੁੱਤ ਸੌ ਗਿਆ।
ਆਵਾਜ਼ ਮਾਰ ਕੇ ਬੁਲਾ ਲੋ ਸੱਚੇ ਪਾਤਸ਼ਾਹ, ਗੂੜੀ ਨੀਂਦ ਪੁੱਤ ਸੌ ਗਿਆ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਵਾਜ਼ ਮਾਰਦੇ ਕਹਿੰਦੇ, ਲਾਲਿਆ ਜੇ ਪੁੱਤ ਯਾਰੀ ਲਾਈਏ ਫਿਰ ਸਿਰ ਦੇ ਨਾਲ ਨਵਾਈਦੀ ਹੈ, ਜੇ ਘਰ ਸੱਦ ਕੇ ਸਾਨੂੰ ਤੇ ਆਪ ਘਰ ਛੱਡ ਕੇ ਚਲੇ ਜਾਣਾ ਸੀ ਫਿਰ ਅਰਦਾਸ ਨਾ ਕਰਦਾ, ਤੇਰੀ ਅਰਦਾਸ ਪ੍ਰਵਾਨ ਕਰਕੇ ਇੱਥੇ ਚੱਲ ਕੇ ਆਏ ਸੋਹਣਿਆ, ਆਹ ਬਹਿ ਕੇ ਪ੍ਰਸ਼ਾਦਾ ਛਕੀਏ। ਜੇ ਲਾਲਿਆ ਅੱਜ ਨਾ ਆਇਆ ਤੇ ਸੰਸਾਰ ਦੇ ਲੋਕਾਂ ਨੇ ਮਿਹਣੇ ਮਾਰਨੇ ਵੀ ਨਾਨਕ ਤਪੇ ਦੇ ਚੰਗੇ ਘਰ ਵਿੱਚ ਪੈਰ ਪਏ, ਇੱਕ ਮਾਂ ਦੀ ਗੋਦ ਉੱਜੜ ਗਈ। ਕਹਿੰਦੇ ਆਹ ਲਾਲਿਆ ਪ੍ਰਸ਼ਾਦਾ ਛਕੀਏ, ਤੇ ਕਹਿੰਦੇ ਸੜਿਆ ਹੋਇਆ ਬੱਚਾ ਨਵਾਂ ਨਰੋਵਾ ਜੀਵਨ ਲੈ ਕੇ ਕੁਲੀ ਦੇ ਵਿੱਚੋਂ ਬਾਹਰ ਆਇਆ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹਦੇ ਉੱਤੇ ਕਈਆਂ ਨੇ ਟਿੱਪਣੀ ਕਰਨੀ ਵੀ ਏਦਾਂ ਹੋ ਨਹੀਂ ਸਕਦਾ, ਗੁਰੂ ਜੋ ਚਾਹੇ ਉਹ ਕਰ ਸਕਦਾ, ਪ੍ਰਭ ਭਾਵ ਹੈ ਬਿਨ ਸਾਂਸ ਤੇ ਰੱਖ ਹੈ, ਪ੍ਰਭ ਭਾਵ ਹੈ ਤਾਂ ਹਰ ਗੁਣ ਪੱਖ ਹੈ। ਜਿਹੜੇ ਗੁਣਾਂ ਦੇ ਧਾਰਨੀ ਹੋਣ ਵਾਸਤੇ ਸਾਰੀ ਜ਼ਿੰਦਗੀ ਲਾ ਦਿੰਦੇ, ਜੇ ਗੁਰੂ ਕਿਰਪਾ ਕਰੇ ਇੱਕ ਛਿੰਨ ਦੇ ਵਿੱਚ ਹੀ ਉਹ ਸਾਰੇ ਗੁਣਾਂ ਦਾ ਧਾਰਨੀ ਕਰ ਦਿੰਦਾ, ਤੇ ਜੇ ਚਾਹੇ ਤੇ ਬਿਨਾਂ ਸਾਹਾਂ ਤੋਂ ਬੜਾ ਲੰਮਾ ਸਮਾਂ ਇਹ ਜ਼ਿੰਦਗੀ ਦਾ ਬਿਨਾਂ ਸਾਹਾਂ ਤੋਂ ਸਾਨੂੰ ਜਿਉਂਦੇ ਰੱਖ ਸਕਦਾ, ਇਹ ਗੁਰੂ ਦੇ ਕੋਲ ਤਾਕਤ ਹੈ। ਮਾਂ ਪੁੱਛਦੀ ਕਹਿੰਦੀ ਵੇ ਲਾਲਿਆ ਕਿੱਥੇ ਸੀ? ਕਹਿੰਦਾ ਮਾਂ ਮੈਂ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸੀ, ਗੁਰੂ ਨਾਨਕ ਸਾਹਿਬ ਨੇ ਆਵਾਜ਼ ਮਾਰੀ ਤੇ ਮੈਂ ਆ ਗਿਆ, ਆਖ ਸਤਨਾਮ ਸ੍ਰੀ ਵਾਹਿਗੁਰੂ। ਭੁੱਲਾ ਚੁੱਕਾਂ ਦੀ ਮਾਫ਼ੀ, ਮੈਂ 10-20 ਮਿੰਟ ਉੱਤੇ ਲੈ ਗਿਆ, ਮਾਫ਼ੀ ਚਾਹੁੰਦਾ, ਪਰ ਸੰਗ ਅਜੇ ਵੀ ਬਾਕੀ, ਪਰ ਗੁਰੂ ਕਿਰਪਾ ਕਰੇ ਕਦੇ ਫਿਰ ਮੇਲੇ ਹੋਣ ਤੇ ਫਿਰ ਆਪ ਜੀ ਨਾਲ ਦਰਸ਼ਨਦਾਰੇ ਕਰਾਂਗੇ। ਮੈਂ ਸਾਰੇ ਮਹਾਂਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਗੁਰੂ ਦਾ ਕੋਟ ਕੋਟ ਧੰਨਵਾਦ, ਜਿੰਨੀਆਂ ਰੂਹਾਂ ਬੈਠੀਆਂ ਨੇ, ਸੰਗਤਾਂ ਬੈਠੀਆਂ ਨੇ, ਸਾਰਿਆਂ ਦੇ ਚਰਨਾਂ 'ਤੇ ਨਮਸਕਾਰ ਹੈ। ਅਰਦਾਸ ਕਰਦਾ ਗੁਰੂ ਬਾਬਾ ਕਿਰਪਾ ਕਰਨ, ਸ਼ੁਭ ਭਾਵਨਾਵਾਂ ਮਨੋਕਾਮਨਾਵਾਂ ਪੂਰਨ ਕਰਨ, ਕਦਮ ਕਦਮ ਲੇਖੇ ਲਾਉਣ, ਦੁੱਖਾਂ ਕਲੇਸ਼ਾਂ ਦਾ ਨਾਸ਼, ਸ਼ੁਭ ਭਾਵਨਾਵਾਂ ਮਨੋਕਾਮਨਾਵਾਂ ਪੂਰਨ ਕਰਨ ਤੇ ਬਾਣੀ ਦਾ ਪ੍ਰਕਾਸ਼ ਹਿਰਦਿਆਂ ਵਿੱਚ ਕਰਨ। ਸੱਚੇ ਪਾਤਸ਼ਾਹ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਤਿਆਰ ਬਰ ਤਿਆਰ ਹੋ, ਕਿਉਂਕਿ ਤਿਆਰ ਬਰ ਤਿਆਰ ਹੋਣ ਦੀ ਲੋੜ ਹੈ। ਜਿੰਨਾ ਚਿਰ ਤਿਆਰ ਬਰ ਤਿਆਰ ਨਹੀਂ ਹੁੰਦੇ, ਉਹਨਾਂ ਚਿਰ ਸਮੇਂ ਸਮੇਂ ਦੀਆਂ ਸਰਕਾਰਾਂ ਮੋਢੇ ਮਾਰ ਮਾਰ ਕੇ ਪਰਖਦੀਆਂ ਰਹਿਣਗੀਆਂ ਵੀ ਜਿਉਂਦੇ ਕਿ ਮਰ ਗਏ, ਤੇ ਜਿਹੜੇ ਜਿਉਂਦੇ ਲੋਕ ਨੇ ਖਾਲਸਾ ਦੀ ਸ਼ਹੀਦਤ ਧਾਰੀ ਹੋ ਕੇ ਤਿਆਰ ਬਰ ਤਿਆਰ ਹੋ, ਕਿਸੇ ਵੱਲ ਚੜ੍ਹ ਕੇ ਜਾਣਾ ਨਹੀਂ, ਤੇ ਜੇ ਕੋਈ ਚੜ੍ਹ ਕੇ ਆਵੇ ਫਿਰ ਸੁੱਕਾ ਜਾਣਾ ਵੀ ਨਹੀਂ ਚਾਹੀਦਾ। ਇਹ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ, ਅਸੀਂ ਕਿਸੇ ਘਰ ਜਾਂਦੇ ਨਹੀਂ, ਇਹ ਤੇ ਗੁਰੂ ਨਾਨਕ ਦਾ ਘਰ ਹੈ, ਗੁਰੂ ਨਾਨਕ ਸਾਹਿਬ ਨੇ ਵੀ ਆਖਿਆ, ਕਲਗੀਧਰ ਪਾਤਸ਼ਾਹ ਨੇ ਕਹਿੰਦੇ ਜੇ ਕੋਈ ਆਉਂਦਾ ਨਾ ਪ੍ਰੇਮ ਦੇ ਨਾਲ ਕੜਾਹ ਪ੍ਰਸ਼ਾਦ ਦੀ ਗਰਮ ਗਰਮ ਦੇਖ ਦਿਓ, ਕਿੰਨਾ ਵੀ ਬੰਦਾ ਥੱਕਿਆ ਹੋਵੇ ਨਾ ਖਾਲਸਾ ਜੀ, ਜਦੋਂ ਗਰਮ ਗਰਮ ਕੜਾਹ ਪ੍ਰਸ਼ਾਦ ਦੀ ਉਹਨੂੰ ਦੇਖ ਛਕਾਓਗੇ ਤਾਂ ਥੱਕੇਵਾਂ ਲੱਥ ਜਾਂਦਾ। ਫਿਰ ਕਹਿੰਦੇ ਜੇ ਹੰਕਾਰ ਆ ਚੜ੍ਹ ਕੇ ਆਉਂਦਾ ਫਿਰ ਦੇਖ ਨਹੀਂ, ਫਿਰ ਤੇ ਤੇਗ ਹੀ ਦਿਓ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਭੁੱਲਾਂ ਚੁੱਕਾਂ ਦੀ ਮਾਫ਼ੀ, ਮੈਂ ਅਮਨਦੀਪ ਸਿੰਘ ਜੀ ਤੇ ਆਪਣੀ ਭੈਣ ਵਾਸਤੇ ਅਰਦਾਸ ਕਰਾਉਣਾ ਚਾਹੁੰਦਾ, ਗੁਰੂ ਪਾਤਸ਼ਾਹ ਕਿਰਪਾ ਕਰਨ, ਇਹ ਗੁਰੂ ਨਾਨਕ ਦਾ ਘਰ, ਇੱਥੇ ਇੱਕ ਮੰਗੋ ਸੱਤ ਮਿਲ ਜਾਂਦੇ, ਤੇ ਸੰਗਤ ਮੈਂ ਪਹਿਲਾਂ ਬੇਨਤੀ ਕੀਤੀ ਵੀ ਜੋ ਚਾਹੇ ਉਹ ਦੇ ਸਕਦੀ ਹੈ ਗੁਰੂ ਦੇ ਕੋਲੋਂ ਲੈ ਕੇ, ਗੁਰੂ ਕਿਰਪਾ ਕਰੇ ਕਿਸੇ ਚੀਜ਼ ਦੀ ਥੋੜ ਨਹੀਂ ਹੈ, ਨਾ ਧਨ ਦੌਲਤ ਦੀ, ਨਾ ਰਾਜ ਭਾਗ ਦੀ, ਨਾ ਨੌਕਰ ਚਾਕਰਾਂ ਦੀ ਕਮੀ ਹੈ, ਬਸ ਸੱਚੇ ਪਾਤਸ਼ਾਹ ਘਰ 'ਚ ਇੱਕ ਨਿਸ਼ਾਨ ਲਾ ਦੇਵੇ, ਨਿਸ਼ਾਨ ਦੀ ਕਮੀ ਹੈ, ਤੇ ਨਿਸ਼ਾਨ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਦੇ ਘਰ ਵਿੱਚੋਂ ਪ੍ਰਾਪਤ ਹੋ ਜਾਂਦਾ ਜੇ ਸੰਗਤ ਅਰਦਾਸ ਕਰ ਦੇਵੇ। ਤੇ ਤੁਹਾਡੇ ਕੋਲ ਅਰਦਾਸ ਕਰਾਉਣਾ ਚਾਹੁੰਦਾ, ਸੱਚੇ ਪਾਤਸ਼ਾਹ ਕਿਰਪਾ ਕਰਨ, ਅਗਲੀ ਵਾਰ ਗੁਰੂ ਕਿਰਪਾ ਕਰੇ ਜਦੋਂ ਵੀ ਸੱਚੇ ਪਾਤਸ਼ਾਹ ਨਿਸ਼ਾਨ ਲਾ ਦਿੱਤਾ, ਤੁਹਾਡੀ 5 ਲੱਗਣ 4 ਲੱਗਣ ਸਾਡੇ ਵੱਲੋਂ ਸੇਵਾ ਹੋਵੇ, ਅਸੀਂ ਸੇਵਾ ਕਰਾਂਗੇ, ਦਿੱਤਾ ਤੁਹਾਡਾ ਹੀ ਹੈ ਤੇ ਖਰਚਣਾ ਵੀ ਤੁਹਾਡੇ ਤੇ, ਹੋਰ ਸਾਡੀਆਂ ਕਿਤੇ ਮਿੱਲਾਂ ਥੋੜਾ ਚੱਲਦੀਆਂ, ਤੁਸੀਂ ਪੈਸੇ ਦਿੰਦੇ ਹੋ ਅਸੀਂ ਖਰਚਦੇ ਹਾਂ, ਤੇ ਖਰਚਦੇ ਵੀ ਤੁਹਾਡੇ ਤੇ ਹੈ ਤੇ ਦਿੰਦੇ ਵੀ ਤੁਸੀਂ ਹੋ। ਗੁਰੂ ਕਿਰਪਾ ਕਰੇ ਜਕਾਰਾ ਲੱਗਾ ਛੱਡਣ ਤੇ ਜਵਾਬ ਜ਼ਰੂਰ ਦਿਓ। ਅਰਦਾਸ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਰੀਏ ਕਿ ਸੱਚੇ ਪਾਤਸ਼ਾਹ ਤੇਰੇ ਦਰਬਾਰ ਜਿਹੜਾ ਵੀ ਆਉਂਦਾ ਹੈ ਉਹਦੀਆਂ ਭਾਵਨਾਵਾਂ ਪੂਰ ਹੋ ਜਾਂਦੀਆਂ ਨੇ, ਤੇ ਮਹਾਂਪੁਰਖ ਬਾਬਾ ਰਾਮ ਸਿੰਘ ਜੀ ਕਿਰਪਾ ਕਰਨ, ਕਲਾ ਵਰਤਾਉਣ, ਕਿਉਂਕਿ ਉਹਨਾਂ ਵਿੱਚ ਉਹ ਕਲਾ, ਉਹਨਾਂ ਵਿੱਚ ਉਹ ਕਿਰਪਾ ਹੈ ਜਿਹੜੀ ਉਹਨਾਂ ਨੇ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਦਰਬਾਰ 'ਚੋਂ ਪ੍ਰਾਪਤ ਕੀਤੀ, ਵੀ ਜੋ ਨਹੀਂ ਭਾਗਾਂ 'ਚ ਲਿਖਿਆ
ਉਹ ਲਿਖਿਆ ਜਾ ਸਕਦਾ ਹੈ। ਆਓ ਇੱਕ ਵਾਰੀ ਕਹਿ ਦਿਓ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲ ਸੇਵਾ ਪ੍ਰਵਾਨ ਕਰਿਓ। ਅਸਲ ਵਿੱਚ ਨਾ ਸਾਡਾ ਜਿਹੜਾ ਆਗੂ ਸੀ ਨਾ ਉਹ ਚਾਲਾ ਮਾਰ ਗਿਆ, ਉਹਦਾ ਕਰਕੇ ਇਹਨੂੰ ਵੀਰ ਨੂੰ ਮੈਂ ਅੱਜ ਸੇਵਾ ਲਈ ਇਸ ਵੀਰ ਦੇ ਕੋਲੋਂ ਤੇ ਇੱਧਰਲਾ ਜਿਹੜਾ ਜਵਾਨ ਅਸਲ ਵਿੱਚ ਇਹ ਪਿੱਛੇ ਗਾਉਂਦਾ। ਗੱਲ ਏਦਾਂ ਵੀ ਇਹ ਗੁਰੂ ਨਾਨਕ ਦਾ ਘਰ, ਇੱਥੇ ਨਵਿਆਂ ਨੂੰ ਮਾਣ ਮਿਲਦਾ, ਹੰਕਾਰੇ ਹਮੇਸ਼ਾ ਟੁੱਟਦੇ ਰਹੇ। ਤੇ ਮੈਂ ਕਿਹਾ ਵੀ ਬਾਬਾ ਨਾਨਕਾ ਤੇਰੀ ਸਿਫਤ ਕਰਨੀ ਹੈ ਤੇ ਕਰਾਉਣੀ ਤੂੰ ਆਪ, ਮੇਰੀ ਕੀ ਔਕਾਤ ਹੈ, ਸ਼ਬਦ ਤੇਰੇ ਨੇ। ਤੇ ਅੱਜ ਸੇਵਾ ਕਰਵਾ ਲਈ ਵੀ ਸੱਚੇ ਪਾਤਸ਼ਾਹ ਕਿਰਪਾ ਕਰਨ, ਆਉਣ ਵਾਲੇ ਸਮੇਂ ਵਿੱਚ ਇਹਨਾਂ ਨੇ ਵਧੀਆ ਢੰਗ ਨਾਲ ਸੇਵਾ ਕਰ ਲੈਣੀ ਹੈ, ਕਿਉਂਕਿ ਜਦੋਂ ਪਹਿਲੇ ਦੂਜੇ ਦੀਵਾਨ ਦੇ ਉੱਤੇ ਜੋੜੀ ਆਉਂਦੀ ਹੈ ਤਾਂ ਫਰਕ ਪੈਂਦਾ ਹੀ ਹੈ ਉਹਦੀ। ਇਸ ਕਰਕੇ ਮੈਂ ਮਾਫ਼ੀ ਚਾਹੁੰਦਾ, ਇਤਨੀ ਕੁ ਹਾਜ਼ਰੀ ਪ੍ਰਵਾਨ ਕਰਿਓ, ਚੰਗੀ ਗੱਲ ਆਪਣੇ ਹਿਰਦੇ ਸ਼ਿੰਗਾਰ ਬਣਾ ਲਿਓ, ਮਾੜੀ ਮੇਰੀ ਝੋਲੀ 'ਚ ਪਾ ਦਿਓ। ਗੁਰੂ ਕਿਰਪਾ ਕਰੇ, ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਗੁਰੂ ਦਾ ਧੰਨਵਾਦ ਕਰਦਾ ਹੋਇਆ ਕਹਿ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।